ਫਤਿਹ ਟੀਵੀ ਦਾ ਧਾਰਮਿਕ ਉਪਰਾਲਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਅੰਦਰ ਹਾਜ਼ਰੀ ਪਾ ਰਹੇ ਸਤਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਓਟ ਅਤੇ ਆਸਰਾ ਲੈ ਕੇ ਆਪਾਂ ਸਾਰੇ ਰਲ ਮਿਲ ਕੇ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਦੇ ਵਿੱਚ ਅੱਜ ਅਸੀਂ ਫੱਗਣ ਦੇ ਮਹੀਨੇ ਦੀ ਵਿਚਾਰ ਕਰਨੀ ਹੈ। 12ਵਾਂ ਬਾਣੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਅੰਦਰ ਜਿਹੜੇ 12 ਮਹੀਨੇ ਨੇ, ਹਰ ਇੱਕ ਮਹੀਨੇ ਦੇ ਅੰਦਰ ਕੁਝ ਨਾ ਕੁਝ ਕਰਨ ਵਾਸਤੇ ਉਪਦੇਸ਼ ਕਰਦੇ ਨੇ। ਇਸ ਮਨੁੱਖ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਇਆ ਗਿਆ ਕਿ ਇਸ ਨੂੰ ਸਮਝ ਆਵੇ ਉਸ ਪਰਮਾਤਮਾ ਦੇ ਨਾਲ ਅਸੀਂ ਕਿਵੇਂ ਜੁੜਨਾ ਹੈ, ਉਸ ਪਰਮਾਤਮਾ ਦੀ ਬਖਸ਼ਿਸ਼ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਅਤੇ ਇਸੇ ਤਰ੍ਹਾਂ ਹੀ ਜਿੱਥੇ ਅਸੀਂ ਦਿਨਾਂ ਦੀ ਗੱਲ ਕਰਦੇ ਹਾਂ, ਉੱਥੇ ਹੀ ਸਤਿਗੁਰੂ ਜੀ ਨੇ ਸਾਨੂੰ ਇਹ ਵੀ ਇੱਕ ਤਰੀਕਾ ਦਿੱਤਾ ਜਿਸ ਦੇ ਰਾਹੀਂ ਅਸੀਂ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾਉਣਾ ਹੈ। ਆਓ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਇਸ ਦੀਵਾਨ ਦੇ ਅੰਦਰ ਫੱਗਣ ਦੇ ਮਹੀਨੇ ਅੰਦਰ ਸਤਿਗੁਰੂ ਜੀ ਕੀ ਉਪਦੇਸ਼ ਕਰਦੇ ਹਨ ਸਮਝਣ ਦਾ ਇੱਕ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਫੱਗਣ ਦਾ ਮਹੀਨਾ, ਜਿਸ ਦੇ ਆਪਾਂ ਬਾਰੇ ਗੁਰਬਾਣੀ ਵਿੱਚੋਂ ਪੜ੍ਹਨਾ ਕਰਾਂਗੇ, ਸਭ ਤੋਂ ਪਹਿਲਾਂ ਆਓ ਜੀ ਇਸ ਸ਼ਬਦ ਦਾ ਆਪਾਂ ਪਾਠ ਕਰ ਲਈਏ, ਉਸ ਤੋਂ ਉਪਰੰਤ ਆਪਾਂ ਇਸ ਮਹੀਨੇ ਦੀ ਵਿਚਾਰ ਦੀ ਆਰੰਭਤਾ ਕਰਾਂਗੇ। ਆਓ ਜੀ ਫਤਿਹ ਨਾਲ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾਹੀਂ ਜਾਏ, ਇਛ ਪੁਨੀ ਵਡ ਪਾਗਣੀ, ਵਰ ਪਾਇਆ ਹਰ ਰਾਏ, ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਬਿੰਦ ਅਲਾਏ, ਹਰ ਜੇਹਾ ਅਵਰ ਨਾ ਦਿਸਈ, ਕੋਈ ਦੂਜਾ ਲਵੈ ਨ ਲਾਏ, ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖਿਅਨ, ਬਾਹੁੜ ਨ ਜਨਮੈ ਤਾਏ, ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ, ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨਾ ਤਮਾਏ। ਆਓ ਜੀ ਆਪਾਂ ਇਸ ਸ਼ਬਦ ਦੇ ਬਾਰੇ ਸਤਿਗੁਰੂ ਜੀ ਸਾਨੂੰ ਕੀ ਸਮਝਾਉਂਦੇ ਨੇ ਸਮਝਣ ਦਾ ਯਤਨ ਕਰਦੇ ਹਾਂ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਆਨੰਦ ਅਤੇ ਖੁਸ਼ੀ ਦੇ ਵਿੱਚ ਬੜਾ ਫਰਕ ਹੈ। ਜਿਹੜੀ ਖੁਸ਼ੀ ਹੈ ਉਹ ਕੁਝ ਸਮੇਂ ਦੀ ਹੈ, ਉਹ ਸੀਮਤ ਹੈ, ਲੇਕਿਨ ਆਨੰਦ ਜਿਹੜਾ ਉਹ ਸਦੀਵੀ ਹੈ। ਖੁਸ਼ੀ ਜਦੋਂ ਮੇਰੇ ਕੋਲ ਕੁਝ ਆਏਗਾ, ਮੈਨੂੰ ਕਿਸੇ ਚੀਜ਼ ਦੀ ਪ੍ਰਾਪਤੀ ਹੋਏਗੀ, ਅਤੇ ਮੈਂ ਕਹਿੰਦਾ ਅੱਜ ਮੈਨੂੰ ਸੁੱਖ ਮਿਲ ਗਿਆ, ਅੱਜ ਮੇਰੇ ਘਰ ਵਿੱਚ ਖੁਸ਼ੀ ਆ ਗਈ। ਪਰ ਯਾਦ ਰੱਖਣਾ, ਜਿਸ ਚੀਜ਼ ਦੇ ਆਉਣ ਕਰਕੇ ਮੇਰੇ ਘਰ ਵਿੱਚ ਖੁਸ਼ੀ ਆਈ,
ਉਹ ਕਿਸੇ ਵੀ ਪਦਾਰਥ ਦਾ ਨਾਮ ਹੋ ਸਕਦਾ ਹੈ, ਧੀ ਦਾ ਨਾਮ ਹੋ ਸਕਦਾ, ਪੁੱਤ ਦਾ ਨਾਮ ਹੋ ਸਕਦਾ। ਖੁਸ਼ੀ ਕੁਝ ਪਲ ਦੀ ਹੈ, ਜੇ ਆਉਂਦੀ ਹੈ ਤਾਂ ਆਪਾਂ ਕਹਿੰਦੇ ਹਾਂ ਮੇਰੇ ਘਰ ਵਿੱਚ ਖੁਸ਼ੀ ਆਈ, ਮੈਂ ਬੜਾ ਖੁਸ਼ ਹਾਂ, ਮੈਨੂੰ ਸੁੱਖ ਦੀ ਪ੍ਰਾਪਤੀ ਹੋਈ। ਪਰ ਚੇਤੇ ਰੱਖਣਾ, ਇਹ ਐਸੀ ਖੁਸ਼ੀ ਹੈ ਕਿ ਜਦੋਂ ਜਾਵੇਗੀ ਨਾ ਤਾਂ ਦੁੱਖ ਵੀ ਦੇਗੀ, ਜਦੋਂ ਜਾਂਦੀ ਹੈ ਤਕਲੀਫ ਵੀ ਦਿੰਦੀ ਹੈ। ਪਰ ਜਿਹੜਾ ਆਨੰਦ ਹੈ ਉਹ ਐਸਾ ਸਦੀਵੀ ਆਨੰਦ ਹੈ ਕਿ ਧਿਆਨ ਦੇਣਾ, ਜਦੋਂ ਵੀ ਜ਼ਿੰਦਗੀ ਵਿੱਚ ਮਨੁੱਖ ਦੁੱਖਾਂ ਨਾਲ ਘਿਰਿਆ ਹੋਏਗਾ, ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਹੋਣਗੇ, ਤਾਂ ਵੀ ਇਸ ਆਨੰਦ ਦਾ ਅਨੁਭਵ ਹਮੇਸ਼ਾ ਰਹੇਗਾ। ਦੁੱਖ ਆਉਣ ਤੋਂ ਬਾਅਦ ਵੀ ਸੁੱਖ ਦੀ ਅਰਦਾਸ ਕੀਤੀ ਜਾਵੇਗੀ, ਆਰਾ ਸਿਰ 'ਤੇ ਚੱਲਦਾ ਹੋਏਗਾ, ਤਾਂ ਵੀ ਆਪਣੇ ਪ੍ਰੀਤਮ ਪਿਆਰੇ ਦੇ ਦੀਦਾਰ ਕਰਨ ਦੀ ਗੱਲ ਹੋਏਗੀ, ਤਾਂ ਵੀ ਉਹ ਆਨੰਦ, ਤਾਂ ਵੀ ਉਹ ਖੇੜਾ ਬਣਿਆ ਰਹੇਗਾ। ਕਿਉਂਕਿ ਆਪਾਂ ਹੁਣੇ ਪੜ੍ਹਿਆ ਕਿ ਖੁਸ਼ੀ ਕੁਝ ਪਲ ਦੀ, ਜਿਹੜਾ ਸੁੱਖ ਕੁਝ ਪਲ ਦਾ, ਕਿਸੇ ਵਸਤੂ ਦੇ ਆਉਣ ਕਰਕੇ ਮਨੁੱਖ ਨੂੰ ਪ੍ਰਾਪਤੀ ਹੋ ਗਈ, ਕੁਝ ਮਿਲ ਗਿਆ ਅਤੇ ਕਹਿੰਦੇ ਖੁਸ਼ੀ ਹੈ, ਇਸ ਨੂੰ ਆਪਾਂ ਕਹਾਂਗੇ ਵੀ ਮੇਰੇ ਘਰ ਵਿੱਚ ਖੁਸ਼ੀ ਆਈ, ਮੈਂ ਸੁਖੀ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਚੇਤਾ ਰੱਖਿਓ, ਜੇ ਇਹਨਾਂ ਚੀਜ਼ਾਂ ਅਤੇ ਪਦਾਰਥਾਂ ਦੇ ਮਿਲਣ ਕਰਕੇ ਕੋਈ ਮਨੁੱਖ ਇਹ ਕਹਿੰਦਾ ਹੈ ਨਾ ਕਿ ਮੈਨੂੰ ਆਨੰਦ ਆ ਗਿਆ, ਅਤੇ ਬੜਾ ਵੱਡਾ ਝੂਠ ਬੋਲਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲੋਂ ਆਪਾਂ ਹਵਾਲਾ ਲੈਂਦੇ ਹਾਂ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਰੀ ਜ਼ਿੰਦਗੀ ਭਟਕਦੇ ਰਹੇ, 62 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਅਤੇ ਐਸਾ ਆਨੰਦ ਮਿਲਿਆ, ਐਸਾ ਆਨੰਦ ਦਾ ਅਨੁਭਵ ਕੀਤਾ ਕਿ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਅਜਿਹੀ ਬਾਣੀ ਹੀ ਰਚ ਦਿੱਤੀ, ਜਿਸ ਦਾ ਜਿਹੜਾ ਨਾਮ ਹੈ, ਸਿਰਲੇਖ ਹੈ, ਉਸ ਦਾ ਨਾਮ ਰੱਖ ਦਿੱਤਾ ਆਨੰਦ ਸਾਹਿਬ, ਅਤੇ ਜਿਸ ਦੀ ਆਰੰਭਤਾ ਹੀ ਇੱਥੋਂ ਕੀਤੀ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਤੇ ਨਾਲ ਹੀ ਚੇਤੇ ਰੱਖਣਾ ਜੀ, ਜਿਹੜਾ ਮਨੁੱਖ ਇਹ ਕਹਿੰਦਾ ਹੈ ਨਾ ਵੀ ਮੈਂ ਆਨੰਦ ਵਿੱਚ ਹਾਂ, ਭਾਵ ਉਹਨੇ ਜਿਹੜੀ ਚੀਜ਼ ਉਹਨੂੰ ਪ੍ਰਾਪਤ ਹੋਈ ਉਸ ਨੂੰ ਆਨੰਦ ਕਹਿ ਦਿੱਤਾ। ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੁੱਛ ਲਈਏ ਕਿ ਇਹ ਆਨੰਦ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਬਚਨ ਕਰਦੇ ਨੇ, ਆਨੰਦ ਆਨੰਦ ਸਭ ਕੋ ਕਹੈ। ਹਰ ਕੋਈ ਕਹਿੰਦਾ ਮੈਂ ਆਨੰਦ ਵਿੱਚ ਹਾਂ, ਹਰ ਕੋਈ ਕਹਿੰਦਾ ਮੇਰੇ ਜੀਵਨ ਵਿੱਚ ਆਨੰਦ ਆ ਗਿਆ, ਪਰ ਸਤਿਗੁਰੂ ਜੀ ਕਹਿੰਦੇ ਪਦਾਰਥਾਂ ਦੇ ਆਉਣ ਕਰਕੇ ਤੇਰੀ ਜ਼ਿੰਦਗੀ ਵਿੱਚ ਕਦੀ ਆਨੰਦ ਨਹੀਂ ਆ ਸਕਦਾ। ਸੁੱਖ ਤਾਂ ਆ ਸਕਦਾ ਹੈ, ਖੁਸ਼ੀ ਤਾਂ ਆ ਸਕਦੀ ਹੈ, ਪਰ ਆਨੰਦ ਕਿਸ ਨੂੰ ਕਿਹਾ ਜਾਂਦਾ? ਮੈਂ ਦੱਸਦਾ ਆਨੰਦ ਕੀ ਹੁੰਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਜੇਕਰ ਕਿਸੇ ਨੇ ਆਨੰਦ ਨੂੰ ਸਮਝਣਾ ਹੋਵੇ, ਜੇ ਕਿਸੇ ਨੇ ਆਨੰਦ ਵੇਖਣਾ ਹੋਵੇ, ਤਾਂ ਪਿਆਰਿਓ ਉਸੇ ਕੋਲ ਹੀ ਇਸ ਆਨੰਦ ਦੀ ਆਪਾਂ ਗੱਲ ਕਰ ਸਕਦੇ ਹਾਂ ਕਿ ਉਸ ਕੋਲ ਹੀ ਆਨੰਦ ਹੋ ਸਕਦਾ ਹੈ, ਉਹਦੀ ਜ਼ਿੰਦਗੀ ਵਿੱਚ ਹੀ ਖਿੜਾਓ ਹੋ ਸਕਦਾ, ਜਿਸ ਦੀ ਜ਼ਿੰਦਗੀ ਵਿੱਚ ਹਰੀ ਪਰਮਾਤਮਾ ਆ ਕੇ ਵੱਸ ਜਾਵੇ, ਜਿਸ ਦੀ ਜ਼ਿੰਦਗੀ ਵਿੱਚ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ। ਇਹਦਾ ਭਾਵ ਇਹ ਕਿ ਸਤਿਗੁਰੂ ਦੀ ਪ੍ਰਾਪਤੀ ਹੀ ਆਨੰਦ ਹੈ, ਕਿਉਂਕਿ ਸਤਿਗੁਰੂ ਨੇ ਅਕਾਲ ਪੁਰਖ ਜੀ ਨਾਲ ਜੋੜ ਦੇਣਾ ਹੈ, ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਨਾਲ ਮਿਲਾਪ ਕਰਵਾ ਦੇਣਾ ਹੈ। ਇਸੇ ਕਰਕੇ ਹੀ ਆਪਾਂ ਜਿਹੜਾ ਬਚਨ ਪੜ੍ਹ ਰਹੇ ਹਾਂ, ਸਤਿਗੁਰ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਸਾਨੂੰ ਕੀ ਇਸ਼ਾਰਾ ਕਰਦੇ ਨੇ। ਫੱਗਣ ਦਾ ਮਹੀਨਾ ਜਦੋਂ ਚੜ੍ਹਦਾ ਹੈ ਨਾ ਪਿਆਰਿਓ, ਫੱਗਣ ਦੇ ਮਹੀਨੇ ਦੇ ਵਿੱਚ ਤੇ ਇੱਕ ਤਿਉਹਾਰ ਵੀ ਮਨਾਇਆ ਜਾਂਦਾ ਜਿਹਨੂੰ ਹੋਲੀ ਕਿਹਾ ਜਾਂਦਾ ਹੈ। ਹੋਲੀ ਵਿੱਚ ਰੰਗ ਸੁੱਟੇ ਜਾਂਦੇ ਨੇ, ਇੱਕ ਦੂਜੇ 'ਤੇ ਰੰਗ ਪਾਇਆ ਜਾਂਦਾ ਹੈ, ਅਤੇ ਇਸ ਤਿਉਹਾਰ ਵਾਲੇ ਦਿਨ ਜਿੱਥੇ ਰੰਗ ਸੁੱਟਿਆ ਜਾਂਦਾ, ਇੱਕ ਦੂਜੇ 'ਤੇ ਰੰਗ ਪਾਇਆ ਜਾਂਦਾ, ਅਤੇ ਚੇਤੇ ਰੱਖਣਾ ਨਾਲ ਹੀ ਗੰਦ ਕੂੜ ਕਬਾੜ ਵੀ ਸੁੱਟਿਆ ਜਾਂਦਾ ਹੈ। ਜਿਹੜਾ ਇਹ ਪਾਂਡਾ ਹੈ ਬੜਾ ਸ਼ੈਤਾਨ ਹੈ, ਆਪਣੇ ਵਾਸਤੇ ਬੜੇ ਸੋਹਣੇ ਸੋਹਣੇ ਤਿਉਹਾਰ ਰੱਖ ਲਏ, ਜਿਵੇਂ ਵਿਸਾਖ ਵਿਸਾਖੀ ਆਪਣੇ ਵਾਸਤੇ ਉਹ ਤਿਉਹਾਰ ਰੱਖੇ ਜਿਹੜੇ ਬੜੇ ਪ੍ਰਸਿੱਧ ਤਿਉਹਾਰ ਨੇ, ਜਿਨ੍ਹਾਂ ਦੇ ਅੰਦਰ ਆਪਾਂ ਕਹਿ ਲਈਏ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ, ਪਰ ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ, ਜਿਨ੍ਹਾਂ ਨੂੰ ਨੀਵੀਂ ਜਾਤ ਦਾ ਕਿਹਾ ਗਿਆ, ਉਹਨਾਂ ਦੇ ਹਿੱਸੇ ਵਿੱਚ ਇਹੋ ਜਿਹੇ ਤਿਉਹਾਰ ਆਏ, ਜਿਵੇਂ ਇਹ ਹੋਲੀ ਦਾ ਤਿਉਹਾਰ ਕਹਿ ਲਈਏ। ਅਤੇ ਦੇਖਣਾ ਜੇ ਰੰਗ ਸੁੱਟਿਆ ਜਾਂਦਾ, ਇੱਕ ਦੂਜੇ ਨੂੰ ਗੰਦਾ ਕੀਤਾ ਜਾਂਦਾ, ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਕਹਿੰਦੇ ਐਸਾ ਆਨੰਦ ਜ਼ਿੰਦਗੀ ਵਿੱਚ ਆ ਜਾਵੇ। ਅਸਲ ਵਿੱਚ ਮਨੁੱਖ ਦੇ ਹਿਰਦੇ ਵਿੱਚ ਜਦੋਂ ਪਰਮਾਤਮਾ ਦਾ ਵਾਸ ਹੋ ਜਾਵੇ ਨਾ, ਤਾਂ ਸੱਚਮੁੱਚ ਕਹਿ ਲਈਏ ਕਿ ਉਹ ਰੰਗਿਆ ਗਿਆ,
ਬਾਬਾ ਫਰੀਦ ਜੀ ਨੇ ਵੀ ਇਸ ਸ਼ਬਦ ਦੀ ਵਿਆਖਿਆ ਕੀਤੀ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ। ਅਤੇ ਕਹਿੰਦੇ ਜੀ ਸੱਚਮੁੱਚ ਉਹ ਰੰਗਿਆ ਗਿਆ ਅਤੇ ਸੱਚਮੁੱਚ ਉਹਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਗਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਅਤੇ ਭੋਏ ਭਾਰ ਥੀਏ, ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ। ਕਹਿੰਦੇ ਧਰਤੀ 'ਤੇ ਭਾਰ ਹੀ ਹੈ, ਇਸ ਕਰਕੇ ਫਲ ਗੁਣ ਆਨੰਦ ਉਪਾਰਜਨਾ, ਮੇਰੀ ਜ਼ਿੰਦਗੀ ਵਿੱਚ ਫੱਗਣ ਦੇ ਮਹੀਨੇ ਅੰਦਰ, ਕਹਿੰਦੇ ਆਨੰਦ ਜਿਹੜਾ ਉਹ ਪ੍ਰਕਾਸ਼ ਹੋਇਆ, ਆਨੰਦ ਪ੍ਰਕਾਸ਼ਮਾਨ ਹੋਇਆ, ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ, ਮੇਰੀ ਜ਼ਿੰਦਗੀ ਆਨੰਦ ਨਾਲ ਭਰ ਗਈ। ਕਿਉਂ? ਕਿਉਂਕਿ ਸਤਿਗੁਰੂ ਜੀ ਕਹਿੰਦੇ ਹਰ ਸੱਜਣ ਪ੍ਰਗਟੇ ਆਏ, ਹਰੀ ਪਰਮਾਤਮਾ ਦੇ ਨਾਲ ਮਿਲਾਪ ਕਰਾਉਣ ਵਾਲੇ ਜਿਹੜੇ ਸੱਜਣ ਸੀ ਨਾ, ਇੱਥੇ ਸੱਜਣ ਪਤਾ ਕਿਹਨਾਂ ਨੂੰ ਕਿਹਾ ਗਿਆ, ਸੱਜਣ ਦੀ ਪਰਿਭਾਸ਼ਾ ਕੀ ਹੈ? ਸੱਜਣ ਉਹਨਾਂ ਨੂੰ ਕਿਹਾ ਗਿਆ ਜਿਹੜੇ ਮੈਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਿੱਚ ਸਹਾਈ ਹੋਣ, ਆਪਾਂ ਉਹਨਾਂ ਨੂੰ ਸ਼ੁਭ ਗੁਣ ਕਹਿ ਲਈਏ, ਆਪਾਂ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾਪ ਕਰਾਉਣ ਵਾਲੇ ਗੁਣ ਕਹਿ ਲਈਏ, ਜਿਹਦੇ ਵਿੱਚ ਸੰਤੋਖ ਆਏਗਾ, ਜਿਹਦੇ ਵਿੱਚ ਸਹਿਜ ਆਏਗਾ, ਜਿਹਦੇ ਵਿੱਚ ਪ੍ਰੇਮ ਆਏਗਾ, ਕਿਉਂਕਿ ਇਹ ਗੁਣ ਵੀ ਸਾਨੂੰ ਪਰਮਾਤਮਾ ਨਾਲ ਮਿਲਾਉਂਦੇ ਨੇ। ਇਸੇ ਕਰਕੇ ਆਪਾਂ ਗੁਰਬਾਣੀ ਵਿੱਚੋਂ ਵੀ ਆਪਾਂ ਇੱਕ ਇਸ਼ਾਰਾ ਲੈਂਦੇ ਹਾਂ, ਸਤਿਗੁਰੂ ਜੀ ਕਹਿੰਦੇ ਮਨੁੱਖ ਦੀ ਜ਼ਿੰਦਗੀ ਵਿੱਚ ਇਸ ਦਾ ਹਰ ਇੱਕ ਉਹ ਸੱਜਣ ਹੈ, ਉਹ ਮਿੱਤਰ ਹੈ, ਉਹ ਪਿਆਰਾ ਹੈ, ਜਿਹੜਾ ਇਸ ਨੂੰ ਪਰਮਾਤਮਾ ਨਾਲ ਜੋੜਦਾ ਹੋਵੇ, ਅਤੇ ਹਰ ਇੱਕ ਉਹ ਚੀਜ਼ ਦੁਨੀਆ ਦੀ ਇਹਦੇ ਵਾਸਤੇ ਬੜੀ ਖਤਰੇ ਵਾਲੀ ਹੈ, ਜਿਸ ਕਰਕੇ ਇਸ ਦਾ ਸੰਬੰਧ ਪਰਮਾਤਮਾ ਤੋਂ ਟੁੱਟਦਾ ਹੋਵੇ। ਇਸ ਕਰਕੇ ਮੇਰੇ ਉਹ ਸੱਜਣ ਮਿੱਤਰ ਪਿਆਰੇ ਜਿਨ੍ਹਾਂ ਨੇ ਮੈਨੂੰ ਪਰਮਾਤਮਾ ਨਾਲ ਮਿਲਾ ਦਿੱਤਾ, ਹਰ ਸੱਜਣ ਪ੍ਰਗਟੇ ਆਏ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਜੀ ਪ੍ਰਕਾਸ਼ਮਾਨ ਹੁੰਦੇ ਨੇ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਨੇ ਮੈਨੂੰ ਪਰਮਾਤਮਾ ਨਾਲ ਮਿਲਾਇਆ, ਜਿਸ ਕਰਕੇ ਮੇਰੇ ਅੰਦਰ ਪਰਮਾਤਮਾ ਜੀ ਦਾ ਵਾਸ ਹੋਇਆ, ਅਤੇ ਪਰਮਾਤਮਾ ਜੀ ਦੇ ਵਸਣ ਕਰਕੇ ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਐਸਾ ਆਨੰਦ ਆਇਆ, ਹੁਣ ਤਾਂ ਜੀ ਤੱਤੀ ਤਵੀ 'ਤੇ ਚੌਂਕੜਾ ਲੱਗ ਜਾਂਦਾ ਹੈ, ਗਰਮ ਰੇਤ ਸੀਸ ਵਿੱਚ ਪੈਂਦੀ ਹੈ, ਅਤੇ ਤਾਂ ਵੀ ਉੱਥੇ ਕਿਹਾ ਜਾਂਦਾ ਹੈ ਕਿ ਇਹ ਪਰਮਾਤਮਾ ਅਕਾਲ ਪੁਰਖ ਜੀ ਤੇਰੇ ਹੁਕਮ ਦੇ ਅੰਦਰ ਬੈਠੇ ਹਾਂ, ਤੇਰੇ ਭਾਣੇ ਅੰਦਰ ਬੈਠੇ ਹਾਂ, ਆਨੰਦ ਵਿੱਚ ਹਾਂ। ਜੇ ਕਿਤੇ ਪਿਆਰਿਓ ਐਸਾ ਆਨੰਦ ਜ਼ਿੰਦਗੀ ਵਿੱਚ ਆ ਜਾਂਦਾ ਹੈ, ਜਿੱਥੇ ਜਦੋਂ ਨੀਹਾਂ ਵਿੱਚ ਖੜ੍ਹੇ ਕੀਤਾ ਜਾਂਦਾ ਹੈ, ਅਤੇ ਨੀਹਾਂ ਵਿੱਚ ਖੜ੍ਹੇ ਹੋਏ ਵੀ ਕਹਿੰਦੇ ਨੇ ਕਿ ਹੇ ਵਜ਼ੀਰ ਖਾਨ, ਅਸੀਂ ਤੇਰੇ ਅੱਗੇ ਕਦੀ ਸਿਰ ਨਹੀਂ ਝੁਕਾਵਾਂਗੇ, ਭਾਵੇਂ ਤੂੰ ਸਾਨੂੰ ਕੱਟ, ਭਾਵੇਂ ਵੱਢ, ਭਾਵੇਂ ਜੋ ਮਰਜ਼ੀ ਕਰ, ਕਿਉਂਕਿ ਐਸਾ ਆਨੰਦ ਸਾਡੇ ਅੰਦਰ ਆ ਚੁੱਕਿਆ, ਜਿਸ ਆਨੰਦ ਕਰਕੇ ਅਸੀਂ ਆਪਣੇ ਆਪ ਨੂੰ ਐਸੇ ਗੁਰੂ ਤੋਂ ਕੁਰਬਾਨ 'ਤੇ ਕਰ ਸਕਦੇ ਹਾਂ। ਪਰ ਵਜ਼ੀਰ ਖਾਨ, ਜਿਹੜਾ ਤੇਰਾ ਸੁਪਨਾ ਹੈ ਨਾ ਕਿ ਤੂੰ ਸਾਨੂੰ ਆਪਣੇ ਅੱਗੇ ਝੁਕਦਾ ਹੋਇਆ ਦੇਖੇਗਾ, ਤੇਰਾ ਇਹ ਸੁਪਨਾ ਕਦੀ ਪੂਰਾ ਨਹੀਂ ਹੋ ਸਕਦਾ, ਕਿਉਂਕਿ ਆਨੰਦ ਵਿੱਚ ਹਾਂ। ਅਤੇ ਪਿਆਰਿਓ, ਉਬਲਦੀ ਦੇਗ ਵਿੱਚ ਵੀ ਬੈਠ ਜਾਣਾ ਇਸ ਆਨੰਦ ਦੀ ਨਿਸ਼ਾਨੀ ਹੈ, ਇਹ ਸਦੀਵੀ ਸੁੱਖ ਦੀ ਪ੍ਰਾਪਤੀ ਹੈ। ਅਤੇ ਜਿਸ ਆਨੰਦ ਦੇ ਬਾਬਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਾਂ ਹੁਣੇ ਪੜ੍ਹਿਆ ਇਸ਼ਾਰਾ ਕੀਤਾ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਐਸਾ ਆਨੰਦ ਆ ਜਾਵੇ ਨਾ ਪਿਆਰਿਓ, ਉਹ ਫਿਰ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ, ਉਹ ਫਿਰ ਪਰਮਾਤਮਾ ਨੂੰ ਪਿਆਰ ਕਰਨ ਲੱਗ ਪੈਂਦਾ ਹੈ। ਅਤੇ ਇਸੇ ਕਰਕੇ ਹੀ ਆਪਾਂ ਅਗਲਾ ਬਚਨ ਪੜ੍ਹੀਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ, ਐਸੇ ਰੱਬ ਦੇ ਪਿਆਰੇ, ਜਿਵੇਂ ਸੰਗਤ ਵਿੱਚ ਆਪਾਂ ਬੈਠਦੇ ਹਾਂ, ਸੰਗਤ ਵਿੱਚ ਰੱਬ ਦੇ ਪਿਆਰੇ ਬੈਠੇ ਹੁੰਦੇ ਨੇ, ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਕੀਤਾ, ਜਿਹੜੇ ਪਰਮਾਤਮਾ ਜੀ ਦੀ ਆਰਾਧਨਾ ਕਰਦੇ ਨੇ, ਉਹ ਸਹਾਈ ਹੋ ਜਾਂਦੇ ਨੇ। ਕਿਸ ਕੰਮ ਵਿੱਚ ਸਹਾਈ ਹੋਏ ਜੀ? ਸੰਤ ਸਹਾਈ ਰਾਮ ਕੇ, ਪਰਮਾਤਮਾ ਜੀ ਦੇ ਨਾਲ ਇੱਕ ਮਿਕਤਾ ਕਰਨ ਵਿੱਚ, ਪਰਮਾਤਮਾ ਜੀ ਦੇ ਨਾਲ ਮੇਰਾ ਮਿਲਾਪ ਕਰਨ ਵਿੱਚ ਉਹ ਸਹਾਇਤਾ ਕਰਦੇ ਨੇ, ਉਹ ਸਾਨੂੰ ਪਰਮਾਤਮਾ ਨਾਲ ਜੋੜਨ ਵਿੱਚ ਸਹਾਈ ਹੁੰਦੇ ਨੇ। ਸੰਤ ਸਹਾਈ ਰਾਮ ਕੇ, ਅਤੇ ਜਦੋਂ ਉਹ ਸਹਾਈ ਹੁੰਦੇ ਨੇ, ਜਦੋਂ ਸਾਧ ਸੰਗਤ ਵਿੱਚ ਬੈਠ ਕੇ ਮੈਂ ਅਕਾਲ ਪੁਰਖ ਦੀ ਆਰਾਧਨਾ ਕਰਦਾ, ਕਿਉਂਕਿ ਜਦੋਂ ਇਹ ਪੁੱਛਿਆ ਗਿਆ ਪਰਮਾਤਮਾ ਵੱਸਦਾ ਕਿੱਥੇ ਹੈ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ,
ਅਤੇ ਪਿਆਰਿਓ ਬੜਾ ਪਿਆਰਾ ਜਵਾਬ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜੇ ਐਡਰੈਸ ਪੁੱਛਦਾ ਹੈ ਪਰਮਾਤਮਾ ਵੱਸਦਾ ਕਿੱਥੇ ਹੈ, ਤਾਂ ਸਾਧ ਸੰਗਤ ਵਿੱਚ ਪਰਮਾਤਮਾ ਦਾ ਨਿਵਾਸ ਹੈ, ਇਸ ਕਰਕੇ ਸਹਾਈ ਹੁੰਦਾ ਹੈ, ਇਸ ਕਰਕੇ ਸਹਾਇਤਾ ਮਿਲਦੀ ਹੈ ਸਾਧ ਸੰਗਤ ਦੇ ਵਿੱਚੋਂ। ਅਤੇ ਪਿਆਰਿਓ, ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਜੁੜ ਕੇ ਬੈਠਦੇ ਹਾਂ, ਪਰਮਾਤਮਾ ਦੀ ਆਰਾਧਨਾ ਕਰਦੇ ਹਾਂ, ਅਤੇ ਫਿਰ ਇੱਕ ਬਖਸ਼ਿਸ਼, ਇੱਕ ਕਿਰਪਾ ਹੁੰਦੀ ਹੈ, ਜਿਸ ਦੇ ਬਾਬਤ ਗੁਰੂ ਪਾਤਸ਼ਾਹ ਜੀ ਕਹਿੰਦੇ ਕਰ ਕਿਰਪਾ ਦੀਆ ਮਿਲਾਏ। ਫਿਰ ਉਹ ਮਾਲਕ ਕਿਰਪਾ ਕਰਕੇ ਨਾ, ਬਖਸ਼ਿਸ਼ ਕਰਕੇ, ਮਿਹਰ ਕਰਕੇ ਆਪਣੇ ਪਿਆਰੇ ਨੂੰ ਆਪਣੇ ਨਾਲ ਸਦੀਵੀ ਤੌਰ 'ਤੇ ਮਿਲਾਪ ਕਰਵਾ ਲੈਂਦਾ ਹੈ। ਉਸ ਦਾ ਪਰਮਾਤਮਾ ਨਾਲ ਜਦੋਂ ਮਿਲਾਪ ਹੁੰਦਾ ਹੈ ਨਾ ਜੀ, ਅਤੇ ਫਿਰ ਜਿਨ੍ਹਾਂ ਦਾ ਮਿਲਾਪ ਹੋਇਆ ਉਹਨਾਂ ਦੇ ਬਾਬਤ ਇਸ਼ਾਰੇ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੇ ਮੇਰੇ ਮਾਲਕ ਜੀਓ, ਅਕਾਲ ਪੁਰਖ ਜੀਓ, ਤੇਰੇ ਵਿੱਚ ਅਤੇ ਮੇਰੇ ਵਿੱਚ ਫਰਕ ਕੀ ਹੈ? ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ, ਹੁਣ ਤਾਂ ਜੀ ਇੱਕ ਰੂਪ ਹੋ ਗਏ ਹਾਂ। ਇਸ ਕਰਕੇ ਜੀ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੂੰ ਪਰਮਾਤਮਾ ਆਪ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਪ ਕਰਵਾ ਲੈਂਦਾ ਹੈ, ਆਪਣੇ ਨਾਲ ਸਾਂਝ ਪਵਾ ਲੈਂਦਾ ਹੈ। ਅਤੇ ਜਦੋਂ ਐਸੀ ਕਿਰਪਾ ਹੋ ਜਾਂਦੀ ਹੈ, ਜਦੋਂ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ, ਤਾਂ ਪਿਆਰਿਓ ਫਿਰ ਇੱਕ ਖੇਡ ਵਾਪਰਦੀ ਹੈ। ਉਹ ਖੇਡ ਕੀ ਹੈ ਜੀ? ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾਂ ਨਾਹੀਂ ਜਾਏ। ਸੇਜ ਸੁਹਾਵੀ, ਹੁਣ ਮੇਰੀ ਜਿਹੜੀ ਹਿਰਦੇ ਰੂਪੀ ਸੇਜ ਹੈ ਨਾ, ਉਹ ਸੋਹਣੀ ਲੱਗਣ ਲੱਗ ਪਈ, ਮੇਰਾ ਹਿਰਦਾ ਖਿੜਾਓ ਵਿੱਚ ਆ ਗਿਆ। ਇੱਥੇ ਸੇਜ ਸ਼ਬਦ ਜਿਹੜਾ ਗੁਰੂ ਪਾਤਸ਼ਾਹ ਜੀ ਨੇ ਵਰਤਿਆ, ਇਹਦਾ ਕਾਰਨ ਸਮਝ ਲੈਣਾ। ਜਿਵੇਂ ਪਤਨੀ ਦਾ ਪਤੀ ਕਿਤੇ ਵਿਦੇਸ਼ ਗਿਆ ਹੋਵੇ, ਬੜੀ ਦੂਰ ਰਹਿੰਦਾ ਹੋਵੇ, ਸਮਾਂ ਜਿਹੜਾ ਮਰਜ਼ੀ ਚੱਲਦਾ ਹੋਵੇ, ਭਾਵੇਂ ਰੁੱਤ ਖਿੜਾਓ ਵਾਲੀ ਹੋਵੇ, ਭਾਵੇਂ ਉਹ ਸਮਾਂ ਬੜਾ ਰਮਣੀਕ ਹੋਵੇ, ਭਾਵੇਂ ਵਿਸਾਖ ਹੋਵੇ, ਭਾਵੇਂ ਘਰ ਦੇ ਵਿੱਚ ਮਹਿਮਾਨ ਆਏ ਹੋਣ, ਭਾਵੇਂ ਘਰ ਦੇ ਵਿੱਚ ਧਨ ਪਦਾਰਥ ਦੌਲਤ ਦੇਸ਼ ਦੁਨੀਆ ਦੀ ਹਰ ਇੱਕ ਕੀਮਤੀ ਚੀਜ਼ ਘਰ ਵਿੱਚ ਹੋਵੇ, ਪਰ ਜੇਕਰ ਉਸ ਪਲ ਅਤੇ ਉਸ ਖੁਸ਼ੀ ਦੇ ਸਮੇਂ ਉਸ ਦੀ ਉਸ ਪਤਨੀ ਦੀ ਸੇਜ ਉੱਤੇ ਉਹਦਾ ਪਤੀ ਨਾ ਹੋਵੇ, ਉਸ ਪਤਨੀ ਕੋਲ ਉਹਦਾ ਪਤੀ ਮੌਜੂਦ ਨਾ ਹੋਵੇ, ਅਤੇ ਉਸ ਪਤਨੀ ਵਾਸਤੇ ਹਰ ਇੱਕ ਉਹ ਖੁਸ਼ੀ ਦੀ ਚੀਜ਼ ਦੁੱਖ ਵਿੱਚ ਬਦਲ ਜਾਂਦੀ ਹੈ, ਕਿਉਂਕਿ ਉਹਦੇ ਵਾਸਤੇ ਧਨ ਪਦਾਰਥ ਕੀਮਤੀ ਨਹੀਂ, ਉਹਦੇ ਵਾਸਤੇ ਉਹ ਸਮਾਨ ਕੀਮਤੀ ਨਹੀਂ, ਉਹਦੇ ਵਾਸਤੇ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਪਤੀ। ਅਤੇ ਜੇਕਰ ਉਹਦਾ ਪਤੀ ਉਹਦੇ ਘਰ ਦੇ ਵਿੱਚ ਆ ਜਾਵੇ, ਉਹਦਾ ਪਤੀ ਉਹਨੂੰ ਮਿਲ ਜਾਵੇ, ਅਤੇ ਪਿਆਰੇ ਚੇਤੇ ਰੱਖਣਾ, ਜੇ ਦੁਨੀਆ ਦੇ ਸਾਰੇ ਸੁੱਖ ਹੀ ਉਹਨੂੰ ਪ੍ਰਾਪਤ ਹੋ ਜਾਂਦੇ ਹੈ, ਉਹ ਦੁਨੀਆ ਵਿੱਚ ਸਭ ਤੋਂ ਸੁਖੀ ਹੋ ਜਾਂਦੀ ਹੈ, ਉਹਦੀ ਜ਼ੁਬਾਨ 'ਤੇ ਇੱਕ ਗੱਲ ਆਏਗੀ ਕਿ ਅੱਜ ਮੇਰੀ ਜ਼ਿੰਦਗੀ ਵਿੱਚ ਜਿੰਨਾ ਸੁੱਖ ਮੈਨੂੰ ਅੱਜ ਮਿਲਿਆ ਨਾ, ਮੇਰਾ ਪਤੀ ਮੇਰੇ ਘਰ ਵਿੱਚ ਆ ਗਿਆ, ਅੱਜ ਤੱਕ ਮੇਰੀ ਜ਼ਿੰਦਗੀ ਵਿੱਚ ਇੰਨਾ ਸੁੱਖ ਨਹੀਂ ਸੀ ਆਇਆ, ਅੱਜ ਮੈਂ ਸਭ ਤੋਂ ਵੱਡੀ ਖੁਸ਼ ਨਸੀਬ ਔਰਤ ਹਾਂ, ਅੱਜ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖੁਸ਼ੀ ਹੈ, ਕਿਉਂਕਿ ਮੇਰਾ ਪਤੀ ਅੱਜ ਮੇਰੇ ਕੋਲ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜੀ ਜੀਵ ਰੂਪੀ ਇਸਤਰੀ ਹੈ ਨਾ ਜੀ, ਇਸ ਵਾਸਤੇ ਖੁਸ਼ੀ ਦਾ ਸਮਾਂ ਕਿਹੜਾ ਹੋਏਗਾ, ਇਸ ਵਾਸਤੇ ਖੁਸ਼ੀ ਕਦੋਂ ਹੋਏਗੀ? ਕਹਿੰਦੇ ਜਦੋਂ ਇਸ ਦੀ ਹਿਰਦੇ ਰੂਪੀ ਸੇਜ ਉੱਤੇ ਪਰਮਾਤਮਾ ਪਤੀ ਆ ਕੇ ਬੈਠ ਜਾਵੇ, ਜਦੋਂ ਇਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਵੇ, ਫਿਰ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਪ੍ਰਤੀਤ ਹੁੰਦੀ ਹੈ, ਫਿਰ ਉਹਦੀ ਜ਼ਿੰਦਗੀ ਵਿੱਚ ਦੁੱਖ ਹੀ ਕੋਈ ਨਹੀਂ ਰਹਿ ਜਾਂਦਾ। ਸੇਜ ਸੁਹਾਵੀ, ਹੁਣ ਸੇਜ ਵੀ ਸੋਹਣੀ ਲੱਗਣ ਲੱਗ ਪਈ, ਸਰਬ ਸੁੱਖ, ਦੁਨੀਆ ਦਾ ਆਤਮਕ ਆਨੰਦ ਦੇਣ ਵਾਲਾ ਸਭ ਤੋਂ ਵੱਡਾ ਸੁੱਖ ਪ੍ਰਾਪਤ ਹੋ ਗਿਆ। ਇੱਥੇ ਆਨੰਦ ਦੀ ਪ੍ਰਾਪਤੀ ਹੋਈ, ਦੁਨੀਆ ਦਾ ਸਭ ਤੋਂ ਵੱਡਾ ਆਨੰਦ ਪ੍ਰਾਪਤ ਹੋਇਆ, ਅਤੇ ਜਿੰਨੇ ਵੀ ਸੁੱਖ ਨੇ ਨਾ, ਭਾਵ ਸੁੱਖਾਂ ਦਾ ਮੂਲ ਕਾਰਨ ਪਤੀ ਸੀ, ਪਤੀ ਘਰ ਆ ਗਿਆ, ਪਤੀ ਦੀ ਪ੍ਰਾਪਤੀ ਹੋ ਗਈ, ਇੰਝ ਲੱਗਣ ਲੱਗ ਪਿਆ ਦੁਨੀਆ ਦੇ ਸਾਰੇ ਸੁੱਖ ਮਿਲ ਗਏ ਹੁਣ। ਸਰਬ ਸੁੱਖ, ਹੁਣ ਦੁੱਖਾਂ ਨਾਹੀਂ ਜਾਏ। ਜਾਏ ਸ਼ਬਦ ਦਾ ਅਰਥ ਹੁੰਦਾ ਥਾਂ, ਕਹਿੰਦੇ ਹੁਣ ਦੁੱਖਾਂ ਨੂੰ ਕੋਈ ਜਗ੍ਹਾ ਹੀ ਨਹੀਂ ਰਹਿ ਗਈ, ਦੁੱਖਾਂ ਦੀ ਕੋਈ ਥਾਂ ਹੀ ਨਹੀਂ ਰਹਿ ਗਈ, ਕਿਉਂਕਿ ਮੇਰਾ ਪਤੀ ਮੇਰੇ ਕੋਲ ਆ ਗਿਆ।
ਇਸੇ ਤਰ੍ਹਾਂ ਹੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਅਤੇ ਹੁਣ ਜੀ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਰਹਿ ਹੀ ਨਹੀਂ ਗਿਆ। ਅਸਲ ਵਿੱਚ ਮੇਰੀ ਜ਼ਿੰਦਗੀ ਵਿੱਚ ਦੁੱਖਾਂ ਦਾ ਮੂਲ ਕਾਰਨ ਸੀ ਮੇਰੇ ਪਤੀ ਦਾ ਮੇਰੇ ਕੋਲ ਨਾ ਹੋਣਾ, ਮੇਰੇ ਪ੍ਰੀਤਮ ਪਿਆਰੇ ਦਾ ਮੇਰੇ ਕੋਲ ਨਾ ਹੋਣਾ, ਪਤੀ ਪਰਮਾਤਮਾ ਦੀ ਪ੍ਰਾਪਤੀ ਨਾ ਹੋਣੀ। ਹੁਣ ਪ੍ਰਾਪਤੀ ਹੋ ਗਈ ਹੈ ਅਤੇ ਹੁਣ ਕੋਈ ਦੁੱਖ ਵੀ ਨਹੀਂ ਰਹਿ ਗਿਆ, ਸਾਰੇ ਦੁੱਖ ਚਲੇ ਗਏ। ਹੁਣ ਮੇਰੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਨਹੀਂ, ਮੇਰੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ। ਅਤੇ ਪਿਆਰਿਓ, ਇੱਥੇ ਫਿਰ ਉਹ ਜੀਵ ਰੂਪੀ ਇਸਤਰੀ ਦੀ ਵੇਦਨਾ ਕਿਵੇਂ ਦੀ ਹੁੰਦੀ ਹੈ, ਜਿਸ ਜੀਵ ਰੂਪੀ ਇਸਤਰੀ ਨੂੰ ਪਰਮਾਤਮਾ ਪਤੀ ਮਿਲ ਜਾਂਦਾ ਹੈ। ਇੱਛ ਪੁੰਨੀ ਵੱਡ ਪਾਗਣੀ ਵਰ ਪਾਇਆ ਹਰ ਰਾਏ। ਇੱਛ ਪੁੰਨੀ, ਇਸ ਜੀਵ ਰੂਪੀ ਇਸਤਰੀ ਦੀ ਜਿਹੜੀ ਇੱਛਾ ਸੀ ਨਾ, ਪੁੰਨੀ ਦਾ ਅਰਥ ਪੂਰੀ ਹੋ ਗਈ। ਇੱਛ ਪੁੰਨੀ, ਇੱਛਾ ਪੂਰੀ ਹੋ ਗਈ। ਵੱਡ ਭਾਗਣੀ, ਵੱਡਿਆਂ ਭਾਗਾਂ ਵਾਲੀ ਹੋ ਗਈ। ਕਦੋਂ ਜੀ? ਵਰ ਪਾਇਆ ਹਰ ਰਾਏ, ਜਦੋਂ ਇਸ ਜੀਵ ਰੂਪੀ ਇਸਤਰੀ ਨੇ ਹਰੀ ਪਰਮਾਤਮਾ ਰੂਪੀ ਪਤੀ ਪ੍ਰਾਪਤ ਕਰ ਲਿਆ, ਜਦੋਂ ਇਸ ਜੀਵ ਰੂਪੀ ਇਸਤਰੀ ਨੂੰ ਇਸ ਦੀ ਸੇਜ 'ਤੇ, ਹਿਰਦੇ ਰੂਪੀ ਸੇਜ 'ਤੇ ਪਰਮਾਤਮਾ ਪਤੀ ਆ ਕੇ ਵੱਸ ਗਿਆ, ਕਹਿੰਦੇ ਇੱਥੇ ਉਸ ਜੀਵ ਰੂਪੀ ਇਸਤਰੀ ਦੀ ਸਭ ਤੋਂ ਵੱਡੀ ਇੱਛਾ ਜਿਹੜੀ ਸੀ ਪੂਰੀ ਹੋ ਗਈ, ਅਤੇ ਇਸ ਕਰਕੇ ਇਹ ਜੀਵ ਰੂਪੀ ਇਸਤਰੀ ਵੱਡਿਆਂ ਭਾਗਾਂ ਵਾਲੀ ਬਣ ਗਈ। ਇਹਨੂੰ ਵੱਡਭਾਗਣੀ ਕਿਹਾ ਜਾਂਦਾ ਹੈ। ਇੱਥੇ ਆਪਾਂ ਇੱਕ ਇਸ਼ਾਰਾ ਲੈ ਕੇ ਚੱਲੀਏ ਥੋੜ੍ਹਾ ਜਿਹਾ। ਅਸੀਂ ਸਾਰੀਆਂ ਜੀਵ ਰੂਪੀ ਇਸਤਰੀਆਂ ਹਾਂ, ਪਰਮਾਤਮਾ ਸਾਡਾ ਪਤੀ ਹੈ। ਮੈਂ ਆਪਣੇ ਹਿਰਦੇ ਰੂਪੀ ਘਰ ਵਿੱਚ ਇੱਕ ਝਾਤ ਮਾਰ ਕੇ ਦੇਖਾਂ, ਮੈਂ ਵੀ ਜੀਵ ਰੂਪੀ ਇਸਤਰੀ ਹਾਂ। ਕੀ ਮੇਰੇ ਹਿਰਦੇ ਰੂਪੀ ਘਰ ਵਿੱਚ ਪਰਮਾਤਮਾ ਜੀ ਨੇ ਆ ਕੇ ਵਾਸਾ ਕੀਤਾ? ਕੀ ਪਰਮਾਤਮਾ ਜੀ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸੇ ਨੇ? ਕੀ ਮੈਂ ਵੀ ਵੱਡਿਆਂ ਪਾਗਾਂ ਵਾਲੀ ਹੋਈ ਹਾਂ ਕਿ ਅਜੇ ਤੱਕ ਮੈਂ ਕਮਜ਼ਾਤ ਇਸਤਰੀ ਹਾਂ? ਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਇਸਤਰੀ ਦਾ ਜਿਹੜਾ ਪਤੀ ਹੈ ਨਾ, ਇੱਕ ਨਾ ਹੋਵੇ, ਜਿਹਨੇ ਕਈ ਪਤੀ ਬਣਾਏ ਹੋਣ, ਅਤੇ ਜਾਂ ਕਿਸੇ ਇਸਤਰੀ ਦਾ ਪਤੀ ਹੀ ਨਾ ਹੋਵੇ, ਕਹਿੰਦੇ ਉਸ ਔਰਤ ਦੀ ਹਾਲਤ ਪਤਾ ਕੀ ਹੈ? ਖਸਮ ਵਿਸਾਰੈ ਤੇ ਕਮਜ਼ਾਤ। ਜਿਸ ਇਸਤਰੀ ਦਾ ਪਤੀ ਇੱਕ ਨਾ ਹੋਵੇ, ਉਹਨੇ ਕਦੀ ਕਿਸੇ ਨੂੰ ਪਤੀ ਬਣਾ ਲਿਆ, ਕਦੀ ਕਿਸੇ ਨੂੰ ਪਤੀ ਬਣਾ ਲਿਆ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕਮਜ਼ਾਤ ਭਾਵ ਮਾੜੀ ਜ਼ਾਤ ਵਾਲੀ ਇਸਤਰੀ। ਇਸੇ ਤਰ੍ਹਾਂ ਹੀ ਜਿਸ ਜੀਵ ਰੂਪੀ ਇਸਤਰੀ ਨੇ ਇੱਕ ਪਰਮਾਤਮਾ ਪਤੀ ਨੂੰ ਛੱਡ ਕੇ ਥਾਂ ਥਾਂ 'ਤੇ ਭਟਕਦੇ ਹੋਏ ਕਦੀ ਕਿਸੇ ਨੂੰ ਪਤੀ ਮੰਨ ਬਹਿੰਦੀ ਹੈ, ਕਦੀ ਕਿਸੇ ਨੂੰ ਆਪਣਾ ਰੱਬ ਬਣਾ ਲਿਆ, ਕਦੀ ਕਿਸੇ ਨੂੰ ਆਪਣਾ ਰੱਬ ਬਣਾ ਲਿਆ, ਕਦੀ ਪੱਥਰਾਂ ਦੀ ਪੂਜਾ ਕਰਨ ਲੱਗ ਪਈ, ਕਦੀ ਕਬਰਾਂ 'ਤੇ ਜਾ ਕੇ ਮੱਥਾ ਟੇਕਣ ਲੱਗ ਪਏ। ਅਤੇ ਪਿਆਰਿਓ, ਜਿਹੜਾ ਇੱਕ ਦਰ 'ਤੇ ਨਹੀਂ, ਥਾਂ ਥਾਂ 'ਤੇ ਜਾ ਕੇ ਭਟਕਦਾ ਹੈ, ਥਾਂ ਥਾਂ 'ਤੇ ਜਾ ਕੇ ਮੱਥੇ ਟੇਕਦਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਐਸੀ ਜੀਵ ਰੂਪੀ ਇਸਤਰੀ ਨੂੰ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਤੇ ਨਾ ਹੀ ਉਹ ਵੱਡਿਆਂ ਭਾਗਾਂ ਵਾਲੀ ਕਦੀ ਹੋਏਗੀ, ਨਾ ਹੀ ਉਹਦੇ ਭਾਗ ਚੰਗੇ ਹੋਣਗੇ। ਇੱਛ ਪੁੰਨੀ ਵੱਡ ਭਾਗਣੀ, ਇੱਛਾ ਪੂਰੀ ਹੋ ਗਈ, ਵੱਡਿਆਂ ਭਾਗਾਂ ਵਾਲੀ ਬਣ ਗਈ। ਕਦੋਂ ਜੀ? ਵਰ ਪਾਇਆ ਹਰ ਰਾਏ, ਜਦੋਂ ਹਰੀ ਪਰਮਾਤਮਾ ਰੂਪੀ ਵਰ ਪਾ ਕੇ ਪਤੀ ਪਾ ਲਿਆ, ਪਤੀ ਦੀ ਪ੍ਰਾਪਤੀ ਹੋ ਗਈ। ਜਦੋਂ ਪਤੀ ਦੀ ਪ੍ਰਾਪਤੀ ਹੋਈ, ਜਿਸ ਤਰ੍ਹਾਂ ਕਿਸੇ ਔਰਤ ਨੂੰ, ਇਸਤਰੀ ਨੂੰ ਉਹਦਾ ਪਤੀ ਮਿਲ ਜਾਂਦਾ ਹੈ, ਜਦੋਂ ਆਪਾਂ ਕਹੀਏ ਮੰਗਣੀ ਹੋ ਗਈ, ਜਾਂ ਆਪਾਂ ਕਹਿ ਲਈਏ ਮੰਗਣੀ ਹੋਣ ਤੋਂ ਉਪਰੰਤ ਅਸੀਂ ਉਸ ਧੀ ਵਾਸਤੇ, ਉਸ ਬੱਚੀ ਵਾਸਤੇ ਰਿਸ਼ਤਾ ਲੱਭ ਲਿਆ, ਜਦੋਂ ਹੀ ਰਿਸ਼ਤਾ ਲੱਭਿਆ, ਮੰਗਣੀ ਹੋਈ, ਅਤੇ ਇੱਕ ਆਸ ਜਾਗਦੀ ਹੈ, ਮਨ ਵਿੱਚ ਤਰੰਗਾਂ ਉੱਠਦੀਆਂ ਨੇ, ਉਸ ਇਸਤਰੀ ਦੇ ਅੰਦਰ ਖੁਸ਼ੀ ਦੀ ਲਹਿਰ ਦੌੜਦੀ ਹੈ, ਉਹ ਇਸ ਤਰ੍ਹਾਂ ਦੀ ਲਹਿਰ ਹੁੰਦੀ ਹੈ ਕਿ ਥੋੜ੍ਹੇ ਸਮੇਂ ਬਾਅਦ ਮੈਨੂੰ ਮੇਰਾ ਪਤੀ ਮਿਲ ਜਾਏਗਾ, ਮੈਨੂੰ ਪਤੀ ਦੀ ਪ੍ਰਾਪਤੀ ਹੋ ਜਾਏਗੀ। ਫਿਰ ਜੀ ਉਹ ਆਪਣੀਆਂ ਸਹੇਲੀਆਂ ਕੋਲ ਬੈਠ ਕੇ ਆਪਣੇ ਉਸ ਜਿਹੜਾ ਉਹ ਵਰ ਚੁਣਿਆ ਗਿਆ, ਮਾਂ ਬਾਪ ਨੇ ਵਰ ਲੱਭਿਆ, ਆਪਣੀਆਂ ਸਹੇਲੀਆਂ ਕੋਲ ਬੈਠ ਕੇ ਜਿਸ ਤਰ੍ਹਾਂ ਉਹ ਗੱਲਾਂ ਬਾਤਾਂ ਕਰਦੀ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਜਿਹੜੀ ਜੀਵ ਰੂਪੀ ਇਸਤਰੀ, ਜਦੋਂ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਈ ਨਾ, ਅਤੇ ਸਹੇਲੀਆਂ ਕਿਹਨਾਂ ਨੂੰ ਕਿਹਾ ਗਿਆ? ਜਿਹੜੀਆਂ ਸਾਧ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦੀਆਂ ਆਰਾਧਨਾ ਕਰਦੀਆਂ ਹਨ। ਮਿਲ ਸਹੀਆਂ, ਸਹੀਆਂ ਸਹੇਲੀਆਂ ਜਿਹੜੀਆਂ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਦੀਆਂ ਹਨ, ਉਹਨਾਂ ਨਾਲ ਮਿਲ ਕੇ, ਉਹਨਾਂ ਨਾਲ ਬੈਠ ਕੇ ਕੀ ਕੀਤਾ ਜੀ? ਫਿਰ ਉਹਨਾਂ ਨੇ ਮਿਲ ਸਹੀਆਂ ਮੰਗਲ ਗਾਵਹੀ, ਮੰਗਲ ਕਹਿੰਦੇ ਆ ਖੁਸ਼ੀ ਦੇ ਗੀਤ,
ਮੰਗਲ ਕਹਿੰਦੇ ਨੇ ਆਨੰਦ ਦੇ ਗੀਤ, ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ, ਉਸ ਪਰਮਾਤਮਾ ਪਤੀ ਨੂੰ ਮੁੱਖ ਰੱਖਦੇ ਹੋਏ, ਉਸ ਅਕਾਲ ਪੁਰਖ ਜੀ ਦਾ ਧਿਆਨ ਰੱਖਦੇ ਹੋਏ, ਉਸ ਅਕਾਲ ਪੁਰਖ ਜੀ ਦੇ ਬਾਬਤ, ਉਸ ਅਕਾਲ ਪੁਰਖ ਜੀ ਦੀ ਬਾਣੀ ਅਤੇ ਖੁਸ਼ੀ ਦੇ ਗੀਤ, ਸਾਧ ਸੰਗਤ ਰੂਪੀ ਸਹੇਲੀਆਂ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਇਬਾਦਤ ਕਰਨ ਲੱਗ ਪੈਂਦੀਆਂ ਹਨ। ਕਿਉਂਕਿ ਉਹ ਦੱਸਦੀ ਹੈ, ਉਹ ਇਸ਼ਾਰੇ ਕਰਦੀ ਹੈ, ਮੈਨੂੰ ਪਤੀ ਮਿਲ ਜਾਏਗਾ, ਮੈਂ ਪਤੀ ਵਾਲੀ ਹੋ ਜਾਵਾਂਗੀ। ਅਤੇ ਜਦੋਂ ਹੋ ਗਈ, ਫਿਰ ਉਹ ਸਹੇਲੀਆਂ ਨਾਲ ਬੈਠ ਕੇ ਆਪਣੇ ਪਤੀ ਦੇ ਗੁਣਾਂ ਬਾਰੇ ਵਿਚਾਰ ਕਰਦੀ ਹੈ, ਕਿਤੇ ਮੈਂ ਵੀ ਉਸ ਪਰਮਾਤਮਾ ਪਤੀ ਬਾਰੇ ਵਿਚਾਰ ਕਰਾਂ, ਕਿਤੇ ਮੈਂ ਵੀ ਸਾਧ ਸੰਗਤ ਵਿੱਚ ਬੈਠ ਕੇ ਉਹਨਾਂ ਸਹੇਲੀਆਂ ਨਾਲ ਪਰਮਾਤਮਾ ਦੀ ਇਬਾਦਤ ਕਰਨ ਲੱਗ ਪਵਾਂ, ਕਿਤੇ ਮੇਰੀ ਜ਼ਿੰਦਗੀ ਵਿੱਚ ਵੀ ਉਹ ਖੇੜਾ ਆ ਜਾਵੇ ਅਤੇ ਮੈਂ ਵੀ ਇਸੇ ਤਰ੍ਹਾਂ ਹੀ ਖੁਸ਼ੀ ਦੇ ਗੀਤ ਗਾਉਣ ਲੱਗ ਪਵਾਂ। ਹੇ ਸਤਿਗੁਰੂ ਅਕਾਲ ਪੁਰਖ ਜੀਓ, ਆਪ ਜੀ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਵੀ ਜੀਵ ਰੂਪੀ ਇਸਤਰੀ ਪਰਮਾਤਮਾ ਦੀ ਆਰਾਧਨਾ ਵਿੱਚ ਜੁੜ ਸਕਾਂ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਜਦੋਂ ਮੈਂ ਪਰਮਾਤਮਾ ਜੀ ਦੇ ਗੁਣਾਂ ਨੂੰ ਪੜ੍ਹਿਆ, ਉਸ ਅਕਾਲ ਪੁਰਖ ਜੀ ਬਾਰੇ ਵਿਚਾਰ ਕੀਤੀ, ਇੱਕ ਗੱਲ ਸਮਝ ਆਈ ਕਿ ਅਕਾਲ ਪੁਰਖ ਜੀ ਵਰਗਾ ਕੋਈ ਹੋਰ ਨਹੀਂ ਹੈ। ਅਸੀਂ ਮੂਲ ਮੰਤਰ ਦੇ ਅੰਦਰ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ, ਉਹ ਵੈਰ ਭਾਵਨਾ ਤੋਂ ਰਹਿਤ ਨੇ, ਉਹ ਇਸ ਸੰਸਾਰ ਦੇ ਅੰਦਰ ਉਹਨਾਂ ਦੇ ਉੱਤੇ ਮਾਇਆ ਦਾ ਕਦੀ ਕੋਈ ਪ੍ਰਭਾਵ ਨਹੀਂ ਪੈਂਦਾ, ਉਹਨਾਂ ਨੂੰ ਮੌਤ ਨਹੀਂ ਆ ਸਕਦੀ, ਉਹਨਾਂ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਉਹਨਾਂ ਨੂੰ ਕੋਈ ਬਣਾਉਣ ਵਾਲਾ ਨਹੀਂ। ਐਸੇ ਪਰਮਾਤਮਾ ਦੇ ਗੁਣਾਂ ਨੂੰ ਪੜ੍ਹਿਆ, ਐਸੇ ਅਕਾਲ ਪੁਰਖ ਜੀ ਪਤੀ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ, ਗੱਲ ਸਮਝ ਆਈ, ਹਰ ਜਿਹਾ ਅਵਰ ਨਾ ਦਿਸਈ, ਮੈਨੂੰ ਹਰੀ ਪਰਮਾਤਮਾ ਜੀ ਵਰਗਾ ਕੋਈ ਹੋਰ ਨਜ਼ਰ ਨਹੀਂ ਆ ਰਿਹਾ, ਕੋਈ ਦੂਜਾ ਲਵੈ ਨਾ ਲਾਏ, ਅਤੇ ਕੋਈ ਹੋਰ ਇਹੋ ਜਿਹੇ ਅਕਾਲ ਪੁਰਖ ਜੀ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ, ਅਕਾਲ ਪੁਰਖ ਜੀ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ, ਅਕਾਲ ਪੁਰਖ ਜੀ ਦੇ ਵਰਗਾ ਕੋਈ ਦੂਸਰਾ ਹੈ ਹੀ ਨਹੀਂ। ਮੈਂ ਚੰਗੀ ਤਰ੍ਹਾਂ ਦੇਖ ਚੁੱਕਿਆ ਹਾਂ, ਅਕਾਲ ਪੁਰਖ ਜੀ ਦੇ ਗੁਣਾਂ ਨੂੰ ਪੜ੍ਹਿਆ, ਅਕਾਲ ਪੁਰਖ ਜੀ ਦੇ ਗੁਣਾਂ ਦੀ ਵਿਚਾਰ ਕੀਤੀ, ਨਤੀਜਾ ਇਹ ਨਿਕਲਿਆ ਕਿ ਮੇਰੇ ਪਤੀ ਪਰਮਾਤਮਾ ਜੀ ਦੀ ਬਰਾਬਰੀ ਹੀ ਕੋਈ ਨਹੀਂ ਕਰ ਸਕਦਾ ਅਤੇ ਉਹਨਾਂ ਵਰਗਾ ਕੋਈ ਹੋਰ ਨਹੀਂ ਹੈਗਾ। ਹਲਤ ਪਲਤ ਸਵਾਰਿਓ ਨਿਹ ਚਲ ਦਿੱਤੀਅਨ ਜਾਏ, ਹਲਤ ਪਲਤ ਲੋਕ ਪਰਲੋਕ, ਇੱਥੇ ਪਰਲੋਕ ਦਾ ਅਰਥ ਇੱਦਾਂ ਨਹੀਂ ਹੈ ਕਿ ਕੋਈ ਦੂਸਰੇ ਲੋਕ ਦੀ ਗੱਲ ਹੋ ਰਹੀ, ਪਰਲੋਕ ਦਾ ਅਰਥ ਮੇਰੀ ਜ਼ਿੰਦਗੀ ਦਾ ਉਹ ਵਾਲਾ ਹਿੱਸਾ ਜਿਹੜਾ ਮੈਂ ਅਜੇ ਤੱਕ ਦੇਖਿਆ ਹੀ ਨਹੀਂ। ਜਿਸ ਤਰ੍ਹਾਂ ਆਪਾਂ ਇੱਕ ਇਸ਼ਾਰਾ ਲਈਏ, ਇੱਕ ਬੰਦਾ ਇੱਕ ਮਨੁੱਖ ਸ਼ਰਾਬ ਬਹੁਤ ਪੀਂਦਾ ਹੈ, ਲੇਕਿਨ ਉਹਨੇ ਸ਼ਰਾਬ ਛੱਡ ਦਿੱਤੀ, ਸ਼ਰਾਬ ਪੀਂਦਾ ਸੀ, ਔਗਣ ਕਰਦਾ ਸੀ, ਨਤੀਜਾ ਇਹ ਨਿਕਲਦਾ ਸੀ ਰੋਜ਼ ਕੁੱਟ ਖਾਂਦਾ ਸੀ, ਰੋਜ਼ ਉਹਨੂੰ ਲੋਕ ਕੁੱਟਦੇ ਸਨ, ਗਾਲਾਂ ਕੱਢਦੇ ਸਨ, ਬੁਰਾ ਭਲਾ ਬੋਲਦੇ ਸਨ, ਕੋਈ ਕੋਲ ਨਹੀਂ ਸੀ ਜਾਂਦਾ, ਇਹ ਉਹਦਾ ਪਾਰਲਾ ਪਾਸਾ ਸੀ। ਲੇਕਿਨ ਅੱਜ ਤੋਂ ਉਹਨੇ ਸ਼ਰਾਬ ਛੱਡ ਦਿੱਤੀ, ਉਸ ਨੇ ਧਰਮ ਨੂੰ ਅਪਣਾ ਲਿਆ, ਧਰਮੀ ਬਣ ਗਿਆ, ਸੇਵਾ ਕਰਨ ਲੱਗ ਪਿਆ, ਧਾਰਮਿਕ ਸਥਾਨ 'ਤੇ ਆਉਣ ਲੱਗ ਪਿਆ, ਜ਼ਿੰਦਗੀ ਬਦਲ ਗਈ। ਅਤੇ ਧਿਆਨ ਦੇਣਾ ਜੇ ਹੁਣ ਕੀ ਹੋ ਗਿਆ, ਹੁਣ ਜ਼ਿੰਦਗੀ ਇੱਦਾਂ ਦੀ ਹੋ ਗਈ ਕਿ ਜਿੱਥੇ ਪਹਿਲਾਂ ਜਿਹੜਾ ਪਾਰਲਾ ਪਾਸਾ ਉਹਦਾ ਇਹ ਸੀ ਕਿ ਸ਼ਰਾਬ ਜਿਵੇਂ ਹੁਣ ਪੀਤੀ ਅਤੇ ਬਾਅਦ ਵਿੱਚ ਉਹਦਾ ਨਤੀਜਾ ਨਿਕਲਦਾ, ਬਾਅਦ ਵਿੱਚ ਕੁੱਟ ਪੈਂਦੀ ਹੈ, ਬਾਅਦ ਵਿੱਚ ਉਹਦੇ ਨਾਲ ਧੱਕਾ ਮੁੱਕੀ ਹੁੰਦੀ ਹੈ, ਲੋਕ ਬੁਰਾ ਭਲਾ ਬੋਲਦੇ ਨੇ, ਇਸੇ ਤਰ੍ਹਾਂ ਹੀ ਜਦੋਂ ਉਹਨੇ ਇਹ ਔਗੁਣ ਛੱਡ ਦਿੱਤਾ, ਧਰਮ ਨੂੰ ਅਪਣਾ ਲਿਆ, ਹੁਣ ਸਤਿਕਾਰ ਹੈ, ਹੁਣ ਲੋਕ ਉਹਨੂੰ ਜੀ ਕਰਕੇ ਬੁਲਾਉਂਦੇ ਨੇ, ਹੁਣ ਹਰ ਕੋਈ ਉਹਦੇ ਕੋਲ ਬੈਠਣਾ ਚਾਹੁੰਦਾ ਹੈ, ਹਰ ਕੋਈ ਉਹਨੂੰ ਮਿਲਣਾ ਚਾਹੁੰਦਾ ਹੈ। ਇਹਦਾ ਅਰਥ ਇਹ ਹੋਇਆ ਕਿ ਜੇ ਮੈਂ ਹੋਣ ਵਾਲੀ ਇਸ ਜ਼ਿੰਦਗੀ ਵਿੱਚ ਜਿਹੜਾ ਸਮਾਂ ਮੇਰੇ ਕੋਲ ਹੈ, ਮੈਂ ਇਸ ਨੂੰ ਸੰਭਾਲ ਲਵਾਂ, ਮੈਂ ਇਸ ਦੀ ਸੰਭਾਲ ਕਰ ਲਵਾਂ, ਪਰਮਾਤਮਾ ਅਕਾਲ ਪੁਰਖ ਜੀ ਨਾਲ ਜੁੜ ਕੇ
ਐਸੇ ਪਤੀ ਪਰਮਾਤਮਾ ਦੀ ਵਿਚਾਰ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਵੀ ਸਫਲਾ ਕਰ ਲਿਆ, ਮੈਂ ਆਪਣੀ ਇਸ ਰਹਿੰਦੀ ਜ਼ਿੰਦਗੀ ਨੂੰ ਵੀ ਸਫਲਾ ਕਰ ਲਿਆ ਅਤੇ ਜਿਹੜੀ ਆਉਣ ਵਾਲੀ ਜ਼ਿੰਦਗੀ ਮੇਰੀ ਉਹ ਵੀ ਸਫਲ ਹੋ ਗਈ। ਉਸ ਜ਼ਿੰਦਗੀ ਵਿੱਚ ਵੀ ਖੁਸ਼ੀ ਰਹਿ ਗਈ, ਉਸ ਰਹਿੰਦੀ ਜ਼ਿੰਦਗੀ ਵਿੱਚ ਵੀ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਮੈਂ ਹੁਣ ਵਾਲੀ ਜ਼ਿੰਦਗੀ ਵਿੱਚ ਪਰਮਾਤਮਾ ਜੀ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹਲਤ ਪਲਤ ਸਵਾਰਿਓਨ, ਉਸ ਪਰਮਾਤਮਾ ਨੇ ਮੇਰੇ ਦੋਵੇਂ ਵਾਲੇ ਸਮੇਂ, ਇਹ ਵਾਲਾ ਜਿਹੜਾ ਹੁਣ ਚੱਲ ਰਿਹਾ ਅਤੇ ਆਉਣ ਵਾਲਾ ਜਿਹੜਾ ਫਿਊਚਰ ਹੈ, ਜਿਹੜਾ ਕੱਲ੍ਹ ਨੂੰ ਮੇਰਾ ਦਿਨ, ਉਹ ਵੀ ਮੇਰਾ ਸਵਾਰ ਦਿੱਤਾ। ਨਿਹਚਲ ਦਿੱਤੀਆਂ ਨ ਜਾਏ, ਮੈਨੂੰ ਐਸੀ ਥਾਂ ਦੇ ਦਿੱਤੀ, ਐਸਾ ਟਿਕਾਣਾ ਦੇ ਦਿੱਤਾ, ਐਸੀ ਜਗ੍ਹਾ 'ਤੇ ਮੈਂ ਰਹਿਣ ਲੱਗ ਪਿਆ ਜਿਸ ਜਗ੍ਹਾ 'ਤੇ ਅਡੋਲਤਾ ਹੈ, ਜਿਸ ਜਗ੍ਹਾ ਦੇ ਉੱਤੇ ਲਾਲਚ ਮੈਨੂੰ ਛੂ ਨਹੀਂ ਸਕਦੇ, ਜਿਸ ਥਾਂ ਦੇ ਉੱਤੇ ਕੋਈ ਮੈਨੂੰ ਡੁਲਾ ਨਹੀਂ ਸਕਦਾ। ਆਪਾਂ ਗੁਰਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ, ਦੇਖਣਾ ਕਮਾਲ ਦੀ ਗੱਲ, ਗੁਰਬਾਣੀ ਦੀਆਂ ਜੋ ਪੰਗਤੀਆਂ ਆਪਾਂ ਇੱਥੇ ਵਿਚਾਰ ਰਹੇ ਹਾਂ ਨਾ, ਇਤਿਹਾਸ ਉਸ ਨੂੰ ਗਵਾਹੀ ਭਰ ਕੇ ਹੋਰ ਜ਼ਿਆਦਾ ਜਿਉਂਦਾ ਕਰ ਦਿੰਦਾ ਹੈ। ਇਤਿਹਾਸ ਵਿੱਚ ਉਦਾਹਰਨਾਂ ਸਾਡੇ ਕੋਲ ਨੇ, ਸਾਹਿਬਜ਼ਾਦਿਆਂ ਨੂੰ ਕਿੰਨੇ ਤਰ੍ਹਾਂ ਦੇ ਲਾਲਚ ਦਿੱਤੇ ਗਏ, ਲਾਲਚ ਇੱਥੋਂ ਤੱਕ ਦਿੱਤੇ ਗਏ, ਕਾਜ਼ੀ ਕਹਿੰਦੇ ਆਪਣੀਆਂ ਧੀਆਂ ਦੇ ਅਸੀਂ ਨਿਕਾਹ ਤੁਹਾਡੇ ਨਾਲ ਕਰ ਦੇਵਾਂਗੇ, ਤੁਸੀਂ ਜੋ ਤੁਸੀਂ ਮੰਗੋਗੇ ਤੁਹਾਨੂੰ ਦਿੱਤਾ ਜਾਏਗਾ, ਐਸ਼ੋ ਆਰਾਮ ਦੀ ਜ਼ਿੰਦਗੀ ਹੋਏਗੀ, ਖਾਣ ਪੀਣ ਨੂੰ ਤੁਹਾਨੂੰ ਵਧੀਆ, ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਲਈ ਪ੍ਰਬੰਧ ਕਰਕੇ ਦੇਵਾਂਗੇ, ਜਿਸ ਤਰ੍ਹਾਂ ਸਾਡੇ ਬੱਚੇ ਮਹਿਲਾਂ ਵਿੱਚ ਰਹਿੰਦੇ ਨੇ ਉਸ ਤਰ੍ਹਾਂ ਤੁਹਾਨੂੰ ਰੱਖਿਆ ਜਾਏਗਾ, ਪਾਲਣ ਪੋਸ਼ਣ ਵਧੀਆ ਕੀਤਾ ਜਾਏਗਾ, ਹਰ ਇੱਕ ਚੀਜ਼ ਤੁਹਾਨੂੰ ਅਸੀਂ ਇੱਥੇ ਤੁਹਾਨੂੰ ਲਿਆ ਕੇ ਦੇਵਾਂਗੇ। ਪਰ ਚੇਤੇ ਰੱਖਣਾ, ਜੇ ਇੰਨੇ ਲਾਲਚਾਂ ਵਿੱਚੋਂ ਵੀ ਸਾਹਿਬਜ਼ਾਦੇ ਕਿਸੇ ਲਾਲਚ ਵਿੱਚ ਨਹੀਂ ਆਏ, ਕਿਉਂਕਿ ਉਹ ਇਸ ਅਵਸਥਾ ਦੇ ਮਾਲਕ ਹੋ ਚੁੱਕੇ ਸਨ ਜਿਸ ਅਵਸਥਾ ਦੇ ਵਿੱਚ ਉਹਨਾਂ ਨੂੰ ਕੋਈ ਡੁਲਾ ਨਹੀਂ ਸੀ ਸਕਦਾ, ਜਿਸ ਅਵਸਥਾ ਦੇ ਅੰਦਰ ਉਹ ਲਾਲਚਾਂ ਤੋਂ, ਲੋਭ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਸੇ ਹੋ ਚੁੱਕੇ ਸਨ, ਜਿਸ ਜਗ੍ਹਾ ਦੇ ਉੱਤੇ ਉਹ ਟਿਕੇ ਹੋਏ ਸੀ ਉਸ ਜਗ੍ਹਾ ਦੇ ਉੱਤੇ ਦੁਨੀਆਂ ਦੀ ਕੋਈ ਵੀ ਚੀਜ਼ ਉਹਨਾਂ ਨੂੰ ਧਰਮ ਤੋਂ ਨਹੀਂ ਡਲਾ ਸਕੀ। ਕਾਰਨ ਕੀ? ਕਿਉਂਕਿ ਉਹਨਾਂ ਨੇ ਹਰੀ ਪਰਮਾਤਮਾ ਪਤੀ ਨਾਲ ਐਸੀ ਸਾਂਝ ਬਣਾ ਲਈ, ਹਰੀ ਪਰਮਾਤਮਾ ਪਤੀ ਨੂੰ ਆਪਣੇ ਅੰਦਰ ਵਸਾ ਲਿਆ। ਅਤੇ ਕਹਿੰਦੇ ਇਹੀ ਕਾਰਨ ਹੈ ਜਦੋਂ ਅਕਾਲ ਪੁਰਖ ਪਤੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਤਾਂ ਜ਼ਿੰਦਗੀ ਵਿੱਚ ਅਡੋਲਤਾ ਆ ਜਾਂਦੀ ਹੈ, ਜ਼ਿੰਦਗੀ ਵਿੱਚ ਸਹਿਜ ਆ ਜਾਂਦਾ ਹੈ। ਮੈਂ ਥੋੜ੍ਹਾ ਜਿਹਾ ਆਪਣੇ ਵੱਲ ਇੱਕ ਝਾਤ ਮਾਰ ਕੇ ਦੇਖਾਂ, ਅਕਸਰ ਆਪਾਂ ਜਦੋਂ ਵੀ ਚੋਣਾਂ ਆਉਂਦੀਆਂ ਨੇ, ਜਦੋਂ ਵੀ ਇੱਕ ਸਮਾਂ ਆਉਂਦਾ ਹੈ ਕਿ ਚੁਣਾਵ ਕੀਤੇ ਜਾਣੇ ਨੇ, ਅੱਜ ਦੇ ਸਿੱਖ ਦੀ ਜ਼ਿੰਦਗੀ ਕਿੱਦਾਂ ਦੀ ਹੋ ਗਈ, ਸਾਹਿਬਜ਼ਾਦਿਆਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਗਏ ਤਾਂ ਵੀ ਛੋਟੀਆਂ ਉਮਰਾਂ ਵਿੱਚ ਇੰਨਾ ਸਿਦਕ, ਇੰਨਾ ਭਰੋਸਾ, ਕੁਰਬਾਨੀਆਂ ਨੂੰ ਅਪਣਾ ਲਿਆ, ਸ਼ਹਾਦਤ ਨੂੰ ਪ੍ਰਵਾਨ ਕਰ ਲਿਆ, ਨੀਹਾਂ ਵਿੱਚ ਚਿਣੇ ਜਾਣਾ ਪ੍ਰਵਾਨ ਕਰ ਲਿਆ। ਅਤੇ ਜਿਹੜੇ ਜੱਲਾਦ ਸੀ ਕਹਿੰਦੇ ਜੇਕਰ ਇੱਟ ਭੰਨ ਕੇ ਲਾਉਣੀ ਪਵੇ ਇੱਟ ਨਾ ਭੰਨਿਓ, ਇਹਨਾਂ ਦੇ ਗੋਡੇ ਛਿੱਲ ਦਿਓ, ਆਪਣੇ ਗੋਡਿਆਂ 'ਤੇ ਤੇਸੀਆਂ ਖਾ ਲਈਆਂ, ਲਹੂ ਵੀ ਵਗਿਆ। ਪਰ ਉਹ ਇੱਕੋ ਗੱਲ ਚਾਹੁੰਦੇ ਸੀ ਕਿ ਸਾਡੇ ਬਾਪੂ ਦਾ ਸਿਰ ਨੀਵਾਂ ਨਾ ਹੋਵੇ, ਸਾਡੇ ਬਾਪੂ ਦਾ ਕਿਤੇ ਸਿਰ ਨੀਵਾਂ ਨਾ ਹੋ ਜਾਵੇ, ਸਾਡੇ ਦਾਦੇ ਦੀ ਜ਼ਿੰਦਗੀ ਵਿੱਚ ਧੱਬਾ ਨਾ ਲੱਗ ਜਾਵੇ ਕਿ ਮੈਂ ਤਾਂ ਕੁਰਬਾਨੀਆਂ ਕਰਦਾ ਫਿਰਦਾ ਸੀ ਕਿਸੇ ਹੋਰ ਧਰਮ ਬਦਲੇ ਅਤੇ ਮੇਰੇ ਪੋਤਿਆਂ ਨੇ ਧਰਮ ਛੱਡ ਦਿੱਤਾ, ਮੈਨੂੰ ਇੱਕ ਪਲ ਵੀ ਸ਼ਰਮ ਨਾ ਆਈ, ਮੈਂ ਇੱਥੋਂ ਤੱਕ ਗਿਰ ਚੁੱਕਿਆ ਹਾਂ ਕਿ ਅੱਜ ਮੇਰੇ ਘਰ ਵਿੱਚ ਕੋਈ ਇੱਕ ਬੋਤਲ ਸ਼ਰਾਬ ਦੀ ਰੱਖ ਜਾਵੇ ਅਤੇ ਮੈਂ ਆਪਣੀ ਜ਼ਮੀਰ ਵੇਚ ਦੇਣਾ, ਮੈਂ ਆਪਣੀਆਂ ਜ਼ਮੀਰਾਂ ਨੂੰ ਵੇਚ ਕੇ, ਆਪਣੇ ਆਪ ਨੂੰ ਵੇਚ ਕੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ, ਮੇਰੀ ਜ਼ਿੰਦਗੀ ਵਿੱਚ ਇਹ ਭਰੋਸਾ ਕਿਉਂ ਨਹੀਂ, ਮੇਰੀ ਜ਼ਿੰਦਗੀ ਵਿੱਚ ਆਪਣੇ ਗੁਰੂ 'ਤੇ ਇਤਬਾਰ ਕਿਉਂ ਨਹੀਂ, ਮੇਰੀ ਜ਼ਿੰਦਗੀ ਵਿੱਚ ਸਾਹਿਬਜ਼ਾਦਿਆਂ ਵਾਲੀ ਉਹ ਅਣਖ ਕਿਉਂ ਨਹੀਂ, ਕਿਉਂਕਿ ਬੇਗੈਰਤ ਹੋ ਕੇ ਜੀਣਾ ਮੈਨੂੰ ਚੰਗਾ ਲੱਗਦਾ ਹੈ। ਇੱਥੇ ਇਸੇ ਕਾਰਨ ਕਰਕੇ ਜਿਹੜੀ ਆਪਾਂ ਬੇਨਤੀ ਕੀਤੀ, ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਜਾਏ, ਐਸੀ ਥਾਂ ਦੇ ਉੱਤੇ ਵਾਸਾ ਹੋ ਗਿਆ, ਹੁਣ ਇਸ ਅਵਸਥਾ ਵਿੱਚ ਅਡੋਲਤਾ ਹੈ, ਇਸ ਅਵਸਥਾ ਵਿੱਚ ਸਹਿਜਤਾ ਹੈ, ਇਸ ਅਵਸਥਾ ਦੇ ਵਿੱਚ ਕੇਵਲ ਅਤੇ ਕੇਵਲ ਇੱਕੋ ਗੱਲ ਹੈ, ਮੋਹ ਮਰਨੇ ਕਾ ਚਾਓ ਹੈ। ਇੱਥੇ ਕਦੀ ਇੱਦਾਂ ਨਹੀਂ ਆਖਿਆ ਜਾਵੇਗਾ, ਇੱਥੇ ਜ਼ਮੀਰਾਂ ਨੂੰ ਨਹੀਂ ਵੇਚਿਆ ਜਾ ਸਕਦਾ, ਇਸ ਅਵਸਥਾ 'ਤੇ ਪਹੁੰਚ ਕੇ ਲਾਲਚ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਇਸ ਅਵਸਥਾ 'ਤੇ ਪਹੁੰਚ ਕੇ ਵੱਡੇ ਤੋਂ ਵੱਡਾ ਦੁਨੀਆ ਦਾ ਲਾਲਚ ਵੀ ਸਾਨੂੰ ਧਰਮ ਤੋਂ ਨਹੀਂ ਡੁਲਾ ਸਕਦਾ।
ਪਰ ਇੱਥੇ ਸਮਝਣਾ ਤੇ ਇਹ ਪਏਗਾ ਨਾ, ਇਹ ਅਵਸਥਾ ਸਾਡੇ ਅੰਦਰ ਬਣੇ ਤਾਂ ਸਹੀ, ਅਸੀਂ ਕਿਉਂ ਵਿਕ ਜਾਂਦੇ ਹਾਂ, ਕਿਉਂ ਸਾਡੀਆਂ ਜ਼ਮੀਰਾਂ ਵਿਕ ਜਾਂਦੀਆਂ ਨੇ, ਕਿਉਂਕਿ ਅਜੇ ਤੱਕ ਸਾਡੀ ਜ਼ਿੰਦਗੀ ਵਿੱਚ ਧਰਮ ਆਇਆ ਹੀ ਨਹੀਂ। ਅਸੀਂ ਧਰਮ ਦੇ ਨਾਮ 'ਤੇ ਦਿਖਾਵੇ ਤਾਂ ਕੀਤੇ, ਪਖੰਡ 'ਤੇ ਕੀਤੇ, ਵੱਖੋ ਵੱਖ ਤਰੀਕੇ ਨਾਲ ਕਰਮ 'ਤੇ ਕੀਤੇ, ਪਰ ਆਪਣੀ ਜ਼ਿੰਦਗੀ ਵਿੱਚ ਧਰਮ ਅਜੇ ਤੱਕ ਲਿਆ ਹੀ ਨਹੀਂ ਸਕੇ, ਅਜੇ ਤੱਕ ਗੁਰੂ ਪਾਤਸ਼ਾਹ ਜੀ ਦੀ ਬਾਣੀ ਹਿਰਦੇ ਵਿੱਚ ਵਸਾ ਹੀ ਨਹੀਂ ਸਕੇ, ਅਜੇ ਤੱਕ ਮੈਂ ਅਕਾਲ ਪੁਰਖ ਜੀ ਨੂੰ ਆਪਣਾ ਪਤੀ ਸਮਝਿਆ ਹੀ ਨਹੀਂ, ਅਜੇ ਤੱਕ ਮੈਂ ਪਰਮਾਤਮਾ ਜੀ ਦੇ ਗੁਣਾਂ ਨਾਲ ਸਾਂਝ ਪਾਈ ਨਹੀਂ, ਅਤੇ ਅਜੇ ਤੱਕ ਮੇਰੀ ਜ਼ਿੰਦਗੀ ਵਿੱਚ ਆਨੰਦ ਆਇਆ ਹੀ ਨਹੀਂ। ਇਸ ਕਰਕੇ ਅਸੀਂ ਜ਼ਮੀਰਾਂ ਤੋਂ ਡਿੱਗੇ ਹੋਏ ਹਾਂ, ਇਸ ਕਰਕੇ ਅਸੀਂ ਛੇਤੀ ਵਿਕ ਜਾਂਦੇ ਹਾਂ, ਕਿਉਂਕਿ ਅਜੇ ਤੱਕ ਮੇਰਾ ਸਹਿਜ ਅਵਸਥਾ ਵਿੱਚ ਟਿਕਾ ਨਹੀਂ ਹੋਇਆ। ਐਸੀ ਜਗ੍ਹਾ 'ਤੇ ਨਿਵਾਸਾ ਹੋ ਜਾਂਦਾ, ਪਾਤਸ਼ਾਹ ਜੀ ਕਹਿੰਦੇ, ਜਿਸ ਜਗ੍ਹਾ 'ਤੇ ਦੁਨੀਆ ਦਾ ਲਾਲਚ ਵੀ ਸਾਨੂੰ ਡੁਲਾ ਨਹੀਂ ਸਕਦਾ। ਜਦੋਂ ਐਸੀ ਦਾਤ ਮਿਲਦੀ ਹੈ, ਐਸੀ ਬਖਸ਼ਿਸ਼ ਮਿਲਦੀ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ, ਸੰਸਾਰ ਸਾਗਰ 'ਤੇ ਰੱਖਿਆ ਬਾਹੁਣ ਨਾ ਜਨ ਮੈਂ ਤਾਏ, ਸੰਸਾਰ ਸਾਗਰ 'ਤੇ ਰੱਖਿਆ, ਇਸ ਭਵ ਸਾਗਰ ਤੋਂ ਪਾਰ ਕਰ ਦਿੰਦੇ ਨੇ। ਦੁਨੀਆ ਇਸ ਭਵ ਸਾਗਰ ਦੇ ਅੰਦਰ ਗੋਤੇ ਖਾ ਰਹੀ ਹੈ, ਜਿਹੜਾ ਸੰਸਾਰ ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਦੇ ਵਿੱਚ ਹਰ ਕੋਈ ਡੁੱਬ ਰਿਹਾ, ਹਰ ਕੋਈ ਗੋਤੇ ਖਾ ਰਿਹਾ। ਬਚਣ ਦਾ ਰਸਤਾ ਕੀ ਹੈ, ਬਚਣ ਦਾ ਤਰੀਕਾ ਕੀ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ, ਇੱਕ ਹੀ ਤਰੀਕਾ ਹੈ ਤੇਰੇ ਕੋਲ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨ ਦਾ। ਕੀ ਹੈ ਜੀ? ਜੇ ਤੂੰ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਜਾਏਗਾ, ਅਕਾਲ ਪੁਰਖ ਜੀ ਦੇ ਚਰਨਾਂ 'ਤੇ ਢਹਿ ਪਵੇਗਾ, ਫਿਰ ਹੀ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕਦਾ। ਨਹੀਂ ਤਾਂ ਜਿੰਨੇ ਮਰਜ਼ੀ ਯਤਨ ਕਰ, ਜਿੰਨੇ ਮਰਜ਼ੀ ਹੱਥ ਪੈਰ ਮਾਰ, ਜਿੰਨੀਆਂ ਮਰਜ਼ੀ ਸਿਆਣਪਾਂ ਵਰਤ, ਜਿੰਨੇ ਮਰਜ਼ੀ ਤੂੰ ਧਰਮ ਦੇ ਕਰਮ ਕਰਕੇ ਦੇਖ ਲਾ, ਕਿਸੇ ਵੀ ਤਰੀਕੇ ਨਾਲ ਤੂੰ ਇਸ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਸੰਸਾਰ ਸਾਗਰ 'ਤੇ ਰੱਖਿਆ, ਮੈਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੱਤਾ, ਇਸ ਭਵ ਸਾਗਰ ਵਿੱਚ ਡੁੱਬਦੇ ਹੋਇਆਂ ਨੂੰ ਬਚਾ ਲਿਆ, ਅਤੇ ਜਦੋਂ ਮੈਂ ਇਸ ਭਵ ਸਾਗਰ ਤੋਂ ਡੁੱਬਦਿਆਂ ਹੋਇਆਂ ਨੂੰ ਅਕਾਲ ਪੁਰਖ ਨੇ ਮੈਨੂੰ ਬਚਾਇਆ, ਬਹੁੜ ਨਜਨ ਮੈਂ ਤਾਏ। ਹੁਣ ਵਾਰ ਵਾਰ ਜਿਹੜਾ ਜਨਮ ਮਰਨ ਸੀ ਨਾ, ਮੈਂ ਵਾਰ ਵਾਰ ਜੰਮਦਾ ਸੀ ਅਤੇ ਮਰਦਾ ਸੀ, ਇਹ ਜਿਹੜਾ ਸਾਰਾ ਕੁਝ ਹੀ ਖਤਮ ਹੋ ਗਿਆ। ਮੇਰਾ ਜਨਮ ਮਰਨ ਮੇਰੇ ਅਕਾਲ ਪੁਰਖ ਜੀ ਨੇ ਖਤਮ ਕਰ ਦਿੱਤਾ। ਇੱਕ ਤਾਂ ਜਨਮ ਮਰਨ ਹੈ ਸਰੀਰ ਤੌਰ 'ਤੇ, ਕਿ ਵਾਰ ਵਾਰ ਮਨੁੱਖ ਜੰਮਦਾ ਹੈ, ਵਾਰ ਵਾਰ ਮਰਦਾ, ਸਰੀਰ ਮਰ ਜਾਂਦਾ, ਆਤਮਾ ਕਦੀ ਨਹੀਂ ਮਰਦੀ, ਸਿਰਫ ਸਰੀਰ ਰੂਪੀ ਕੱਪੜਾ ਬਦਲਦੀ ਹੈ। ਲੇਕਿਨ ਇੱਕ ਹੋਰ ਜੰਮਣਾ ਮਰਨਾ ਹੈ, ਉਹ ਕਿਹੜਾ ਜੰਮਣਾ ਮਰਨਾ? ਜਦੋਂ ਮਨੁੱਖ ਆਪਣੇ ਆਤਮਕ ਤਲ 'ਤੇ ਮਰਦਾ ਹੈ ਨਾ, ਆਪਾਂ ਗੁਰਬਾਣੀ ਵਿੱਚੋਂ ਆ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ, ਇਸ ਜਨਮ ਮਰਨ ਦੀ ਗੱਲ ਹੋ ਰਹੀ ਹੈ ਕਿ ਮਨੁੱਖ ਬਿਰਤੀ ਕਰਕੇ ਕਦੀ ਕਾਂ ਬਣ ਗਿਆ, ਕਦੀ ਕੁੱਤਾ ਬਣ ਗਿਆ, ਭਾਵ ਕਿ ਜਿਹੋ ਜਿਹੀ ਬਿਰਤੀ ਹੋਈ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ, ਇਹਨਾਂ ਪੰਕਤੀਆਂ ਵਿੱਚ ਇਸ਼ਾਰੇ ਕੀਤੇ ਨੇ। ਬਿਰਤੀ ਕਰਕੇ ਕਦੀ ਕੁੱਤਾ ਬਣ ਜਾਂਦਾ ਹੈ, ਕਦੀ ਬਾਂਦਰ ਬਣ ਜਾਂਦਾ, ਕਦੀ ਗਧਾ ਬਣ ਜਾਂਦਾ, ਕਦੀ ਖੋਤਾ ਬਣ ਜਾਂਦਾ, ਕਦੀ ਸੱਪ ਬਣ ਜਾਂਦਾ। ਜਿਹੋ ਜੀ ਅੰਦਰ ਬਿਰਤੀ ਆਈ, ਉਹੋ ਜਿਹਾ ਜਾਨਵਰ ਬਣ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਇਹ ਪੰਕਤੀਆਂ ਵੀ ਸਾਨੂੰ ਸਮਝਾਉਂਦੀਆਂ ਨੇ ਜਿਹੜੀ ਅਵਸਥਾ ਦੀ ਅਸੀਂ ਗੱਲ ਕਰ ਰਹੇ ਹਾਂ। ਭਾਵ ਮਨੁੱਖ ਆਪਣੇ ਇਸ ਜੀਵਨ ਦੇ ਅੰਦਰ ਹੀ ਇੱਕ ਇਨਸਾਨ ਵਾਲੀ ਬਿਰਤੀ ਵਿੱਚ ਰਹਿ ਕੇ ਜੀਵਨ ਬਤੀਤ ਨਹੀਂ ਕਰਦਾ, ਪਤਾ ਨਹੀਂ ਕਿੰਨੇ ਜਾਨਵਰ ਇਹਦੇ ਵਿੱਚ ਵਸੇ ਹੋਏ ਨੇ। ਕਿਤੇ ਕੁੱਤਾ ਵੀ ਰਹਿੰਦਾ, ਕਿਤੇ ਸੱਪ ਵੀ ਰਹਿੰਦਾ, ਕਦੀ ਇਹ ਕਿਸੇ ਜੂਨ ਵਿੱਚ ਪੈ ਜਾਂਦਾ, ਕਦੀ ਕਿਸੇ ਜੂਨ ਵਿੱਚ, ਭਾਵ ਜਿੱਦਾਂ ਦੀ ਬਿਰਤੀ, ਅਤੇ ਉਸ ਪਸ਼ੂ ਵਾਲੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ, ਅਤੇ ਇਹਦਾ ਜੀਵਨ ਉਸ ਪਸ਼ੂ ਵਰਗਾ ਬਣ ਜਾਂਦਾ। ਮਨੁੱਖ ਜਾਤ ਦੇ ਅੰਦਰ ਲੈਵਲ ਜਿਹੜਾ ਉਹ ਮਨੁੱਖ ਵਾਲਾ ਲਾਈ ਫਿਰਦਾ, ਮੈਂ ਇਨਸਾਨ ਹਾਂ, ਮੈਂ ਬੰਦਾ ਹਾਂ, ਪਰ ਕਹਿੰਦੇ ਜਿਹੜੀਆਂ ਕਰਤੂਤਾਂ ਨੇ ਉਹ ਪਸ਼ੂ ਵਾਲੀਆਂ, ਜਿਹੜੀ ਬਿਰਤੀ ਹੈ ਉਹ ਪਸ਼ੂ ਵਾਲੀ। ਇਸ ਕਰਕੇ ਪਿਆਰਿਓ, ਬਿਰਤੀ ਕਰਕੇ ਜਿਹੜਾ ਅਸੀਂ ਵੱਖ ਵੱਖ ਜਾਨਵਰ, ਵੱਖ ਵੱਖ ਤਰੀਕੇ ਦੇ ਪਸ਼ੂ ਬਣਦੇ ਹਾਂ, ਜਾਨਵਰ ਬਣਦੇ ਹਾਂ, ਇਹਨਾਂ ਬਿਰਤੀਆਂ ਦੀ ਗੱਲ ਵੀ ਆਪਾਂ ਕਰਾਂਗੇ ਕਿ ਇਸ ਕਰਕੇ ਵੀ ਜਨਮ ਮਰਨ ਦੇ ਗੇੜ ਵਿੱਚ ਫਸੇ ਹੋਏ ਹਾਂ।
ਇਸ ਕਰਕੇ ਵੀ ਸਾਡਾ ਜਨਮ ਮਰਨ ਚੱਲ ਰਿਹਾ ਹੈ ਲਗਾਤਾਰ। ਮਨੁੱਖ ਇਸ ਮਨੁੱਖਾ ਜਨਮ ਵਿੱਚ ਹੀ ਕਈ ਵਾਰ ਮਰਦਾ ਹੈ, ਕਈ ਵਾਰ ਜਨਮ ਲੈਂਦਾ ਹੈ, ਕਈ ਵਾਰ ਜਨਮ ਹੁੰਦਾ, ਕਈ ਵਾਰ ਮੌਤ ਹੁੰਦੀ ਹੈ। ਇਹ ਵੀ ਜਨਮ ਮਰਨ ਹੈ। ਅਤੇ ਜਦੋਂ ਮੈਂ ਅਕਾਲ ਪੁਰਖ ਜੀ ਨੇ ਮੈਨੂੰ ਇਸ ਭਵਸਾਗਰ ਤੋਂ ਬਚਾਇਆ ਨਾ, ਇੱਕ ਕਿਰਪਾ ਹੋਰ ਕੀਤੀ, ਜਿਹੜਾ ਮੈਂ ਇਸ ਮਨੁੱਖਾ ਜਨਮ ਵਿੱਚ ਮਨੁੱਖ ਬਣ ਕੇ ਨਹੀਂ ਸੀ ਰਹਿੰਦਾ, ਬਿਰਤੀਆਂ ਕਰਕੇ ਵੱਖ ਵੱਖ ਪਸ਼ੂਆਂ ਦੇ ਰੂਪ ਧਾਰਨ ਕਰਦਾ ਸੀ, ਮੇਰੇ ਮਾਲਕ ਨੇ ਮੈਨੂੰ ਉਹ ਪਸ਼ੂਆਂ ਵਾਲੀਆਂ ਬਿਰਤੀਆਂ ਨੂੰ ਮਾਰ ਕੇ, ਮੇਰੇ ਅੰਦਰੋਂ ਉਹ ਜਾਨਵਰਾਂ ਪਸ਼ੂਆਂ ਵਾਲੇ ਸੁਭਾਅ ਨੂੰ ਮਾਰ ਕੇ ਮੈਨੂੰ ਇੱਕ ਸੋਹਣਾ ਅਤੇ ਬੜਾ ਸੁੰਦਰ ਮਨੁੱਖ ਬਣਾ ਦਿੱਤਾ। ਅਤੇ ਜਿਸ ਨੂੰ ਗੁਰਬਾਣੀ ਵਿੱਚੋਂ ਆਪਾਂ ਬਚਨ ਕਰਦੇ ਹਾਂ, ਸਤਿਗੁਰੂ ਜੀ ਨੇ ਇੱਥੋਂ ਤੱਕ ਕਹਿ ਕੇ ਸਾਡੇ 'ਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਇਹ ਜਿਹੜਾ ਮਨੁੱਖ ਹੈ ਨਾ, ਇਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ। ਗੱਲ ਸਿਰਫ ਇੰਨੀ ਕਹਿ ਕਿ ਸਮਝ ਆ ਜਾਵੇ ਪਰਮਾਤਮਾ ਸਾਰੀਆਂ ਥਾਵਾਂ 'ਤੇ ਵੱਸਦਾ ਹੈ। ਸੰਸਾਰ ਸਾਗਰ 'ਤੇ ਰੱਖਿਆ ਨ ਬਹੁੜ ਨਾ ਜਨਮੈ ਧਾਏ, ਹੁਣ ਮੈਨੂੰ ਵਾਰ ਵਾਰ ਜੰਮਣਾ ਅਤੇ ਵਾਰ ਵਾਰ ਮਰਨਾ ਨਹੀਂ ਪੈਂਦਾ, ਮੈਂ ਸਿਰਫ ਇੱਕ ਮਨੁੱਖ ਬਣ ਕੇ ਹੀ ਆਪਣੀ ਜ਼ਿੰਦਗੀ ਗੁਜ਼ਾਰਨ ਲੱਗ ਪਿਆ। ਭਾਵ ਇਹੋ ਜਿਹਾ ਮਨੁੱਖ ਜਿਸ ਦੀ ਕਲਪਨਾ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਕਿ ਮਨੁੱਖ ਬਣ, ਪਰ ਚੰਗਾ ਮਨੁੱਖ ਬਣ, ਤੇਰੇ ਅੰਦਰ ਸ਼ੁਭ ਗੁਣ ਪੈਦਾ ਹੋਣ, ਤੇਰੇ ਅੰਦਰ ਇਨਸਾਨੀਅਤ ਪੈਦਾ ਹੋਵੇ, ਤੇਰੇ ਅੰਦਰ ਚੰਗੀ ਭਾਵਨਾ ਪੈਦਾ ਹੋਵੇ। ਅਤੇ ਅਗਲਾ ਬਚਨ ਸਤਿਗੁਰੂ ਜੀ ਕੀ ਕਰਦੇ ਨੇ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਜਿਹਵਾ ਏਕ, ਜੀਵ ਇੱਕ ਹੈ, ਹਰ ਇੱਕ ਨੂੰ ਇੱਕ ਹੀ ਜੀਵ ਲੱਗੀ ਹੈ, ਕਿਸੇ ਨੂੰ ਦੋ ਜੀਵ, ਕਿਸੇ ਨੂੰ ਤਿੰਨ ਜੀਵ, ਇੱਦਾਂ ਨਹੀਂ, ਹਰ ਇੱਕ ਦੀ ਇੱਕ ਹੀ ਜੀਵ ਹੈ, ਇੱਕ ਹੀ ਜਵਾਨ ਹੈ। ਪਰ ਹੇ ਮੇਰੇ ਮਾਲਕ ਜੀਓ, ਜੀਵ ਸਾਰਿਆਂ ਜਾਨਵਰਾਂ ਨੂੰ, ਸਾਰੇ ਪਸ਼ੂਆਂ ਨੂੰ, ਸਾਰੇ ਜਿੰਨੇ ਵੀ ਇਸ ਸੰਸਾਰ ਵਿੱਚ ਰਹਿਣ ਵਾਲੇ ਜਾਤੀਆਂ ਨੇ, ਸਭ ਨੂੰ ਇੱਕ ਇੱਕ ਜ਼ੁਬਾਨ ਲੱਗੀ ਹੋਈ ਹੈ, ਸਾਡੀ ਵੀ ਇੱਕ ਜ਼ੁਬਾਨ ਹੈ। ਜੀਵ ਤੇ ਇੱਕ ਹੈ, ਪਰ ਤੇਰਾ ਗੁਣ ਇੱਕ ਨਹੀਂ, ਤੂੰ ਬੇਅੰਤ ਹੈ, ਤੇਰੇ ਗੁਣ ਇੱਕ ਨਹੀਂ, ਤੇਰੇ ਬਹੁਤੇ ਗੁਣ ਨੇ। ਸਤਿਗੁਰੂ ਨੂੰ ਪੁੱਛ ਲਈਏ, ਸਤਿਗੁਰੂ ਜੀਓ ਕਿਰਪਾ ਕਰਕੇ ਦੱਸਣਾ ਕਰੋ, ਤੁਹਾਡੇ ਅੰਦਰ ਕਿੰਨੇ ਕੁ ਗੁਣ ਨੇ ਅਤੇ ਮੇਰੇ ਅੰਦਰ ਕਿੰਨੇ ਕੁ ਅਵਗੁਣ ਨੇ, ਤੁਸੀਂ ਕਿੰਨੇ ਕੁ ਗੁਣਾਂ ਨਾਲ ਭਰੇ ਹੋਏ ਹੋ। ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ਼ਾਰਾ ਮਿਲੇਗਾ, ਸਤਿਗੁਰੂ ਜੀ ਕਹਿੰਦੇ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ, ਅਸੀਂ ਤੇ ਔਗੁਣਾਂ ਨਾਲ ਭਰੇ ਹੋਏ ਹਾਂ। ਲੇਕਿਨ ਹੇ ਮਾਲਕ ਜੀ, ਤੁਹਾਡੇ ਅੰਦਰ ਬਹੁਤ ਗੁਣ ਨੇ, ਤੁਹਾਡੇ ਅੰਦਰ ਇੱਕ ਗੁਣ ਨਹੀਂ, ਪਤਾ ਨਹੀਂ ਕਿੰਨੇ ਨੇ। ਜਿਹਵਾ ਅਨੇਕ, ਜਿਹਵਾ ਏਕ, ਜੀਵ ਏਕ ਹੈ, ਅਨੇਕ ਗੁਣ, ਤੁਹਾਡੇ ਗੁਣ ਬਹੁਤ ਨੇ। ਤਰੇ ਨਾਨਕ ਚਰਣੀ ਪਾਏ, ਕਹਿੰਦੇ ਹੇ ਨਾਨਕ, ਜੇ ਕੋਈ ਐਸੇ ਗੁਣਾਂ ਦੇ ਮਾਲਕ ਅਕਾਲ ਪੁਰਖ ਜੀ ਦੇ ਚਰਨਾਂ 'ਤੇ ਢਹਿ ਪਵੇ, ਐਸੇ ਅਕਾਲ ਪੁਰਖ ਜੀ ਦੇ ਚਰਨਾਂ 'ਤੇ ਆਪਣਾ ਸਿਰ ਝੁਕਾ ਦੇਵੇ, ਡੈਡੀਕੇਟ ਹੋ ਜਾਵੇ ਐਸੇ ਅਕਾਲ ਪੁਰਖ ਜੀ ਨੂੰ, ਅਤੇ ਕਹਿੰਦੇ ਫਿਰ ਕਿਰਪਾ ਹੋਏਗੀ, ਤਾਂ ਹੀ ਸਾਡਾ ਭਲਾ ਹੋ ਸਕਦਾ, ਤਾਂ ਹੀ ਅਸੀਂ ਤਰ ਸਕਦੇ ਹਾਂ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਚਰਨਾਂ 'ਤੇ ਢਹਿ ਕੇ, ਚਰਨਾਂ 'ਤੇ ਪੈ ਕੇ ਆਪਣਾ ਆਪ ਸਮਰਪਿਤ ਕਰਕੇ, ਸਮਰਪਣ ਕਰਨਾ ਪਏਗਾ, ਕਹਿਣਾ ਪਏਗਾ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੋਂ ਕਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ, ਇਹ ਕਹਿਣਾ ਪਏਗਾ, ਤਾਂ ਹੀ ਸਾਡਾ ਭਲਾ ਹੋਵੇਗਾ, ਤਾਂ ਹੀ ਅਸੀਂ ਤਰ ਸਕਦੇ ਹਾਂ। ਪਰ ਮਾਫ਼ ਕਰਿਓ, ਜੇ ਸਾਡੀ ਇੱਕ ਬੜੀ ਆਦਤ, ਜਿਹੜੀ ਉਹ ਆਦਤ ਹੈ ਨਾ, ਬੜੀ ਮਾੜੀ ਬਣ ਚੁੱਕੀ ਹੈ। ਉਹ ਕਿਹੜੀ ਆਦਤ? ਇੱਕ ਵੀ ਚੀਜ਼ ਮੇਰੇ ਕੋਲ ਕਦੀ, ਮੈਂ ਮਨ ਵਿੱਚ ਇੱਕ ਵਿਚਾਰ ਲੈ ਕੇ ਤੁਰਿਆ, ਮੈਂ ਇਹ ਗੁਰਦੁਆਰਾ ਸਾਹਿਬ ਦੇ ਕੇ ਆਉਣੀ ਹੈ, ਅਤੇ ਕਿਹਾ ਜਾਂਦਾ ਹੈ ਕਿ ਮੈਂ ਦਾਨ ਕਰਨ ਚੱਲਿਆ, ਮੈਂ ਉੱਥੇ ਚੜ੍ਹਾਉਣ ਚੱਲਿਆ, ਅਤੇ ਦੇਖਣਾ ਜੀ ਅਸੀਂ ਇੰਨੇ ਕੁ ਨਾਮ ਦੇ ਭੁੱਖੇ ਹੋ ਗਏ, ਮੇਰਾ ਨਾਮ ਹੋਵੇ, ਮੇਰੀ ਵਡਿਆਈ ਹੋਵੇ, ਮੇਰੀ ਸ਼ੋਭਾ ਹੋਵੇ, ਚੀਜ਼ ਛੋਟੀ ਜਿਹੀ ਹੋਏਗੀ। ਅਤੇ ਲੈ ਕੇ ਉੱਥੇ ਜਦੋਂ ਪਹੁੰਚਦੇ ਹਾਂ ਨਾ, ਇੱਕ ਮਨ ਵਿੱਚ ਕਲਪਨਾ ਹੁੰਦੀ ਹੈ, ਸਭ ਨੂੰ ਪਤਾ ਲੱਗੇ ਮੈਂ ਦਿੱਤੀ ਹੈ, ਮੈਂ ਚੜ੍ਹਾਇਆ, ਅਤੇ ਮੇਰਾ ਨਾਮ ਵੱਡੇ ਵੱਡੇ ਅੱਖਰਾਂ 'ਚ ਲਿਖ ਦਿਓ। ਅਤੇ ਕਈ ਵਾਰ ਕੁਝ ਵੀ ਚੜ੍ਹਾਉਣ ਲੱਗਿਆਂ ਨਾਮ ਲਿਖ ਦਿੱਤਾ ਜਾਂਦਾ ਹੈ, ਇਹ ਦਾਨ ਕੀਤਾ, ਇਹ ਫਲਾਨੇ ਸਿੰਘ ਨੇ ਚੜ੍ਹਾਇਆ, ਇਹ ਉਸ ਸਿੰਘ ਦੀ ਕੀਤੀ ਹੋਈ ਸੇਵਾ। ਪਰ ਮਾਫ਼ ਕਰਿਓ ਜੀ, ਜਿਹੜਾ ਦਾਨ ਸ਼ਬਦ ਹੈ ਨਾ, ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ।
ਜਿਹੜਾ ਮੇਰੇ ਤੋਂ ਛੋਟਾ ਉਸ ਨੂੰ ਦਾਨ ਕੀਤਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਕੰਨਿਆ ਦਾਨ, ਇਹ ਸ਼ਬਦ ਚੰਗੇ ਨਹੀਂ, ਇਹਨਾਂ ਸ਼ਬਦਾਂ ਦੀ ਅਸਲੀਅਤ ਵੱਲ ਜਾਓ। ਜਿਹੜੇ ਦਾਨ ਕੀਤੇ ਜਾਂਦੇ ਸਨ, ਦਾਨ ਹਮੇਸ਼ਾ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ। ਅਸੀਂ ਦਾਨ ਕਰਨ ਵਾਲੇ ਕੌਣ ਹੁੰਦੇ ਹਾਂ? ਅਸੀਂ ਤਾਂ ਗੁਰੂ ਨੂੰ ਭੇਟ ਕਰ ਸਕਦੇ ਹਾਂ। ਭੇਟ ਕਰਨ ਦਾ ਅਰਥ ਕਿ ਮੈਂ ਅਕਾਲ ਪੁਰਖ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੁਝ ਕੁ ਹਿੱਸਾ ਅਕਾਲ ਪੁਰਖ ਜੀ ਨੂੰ ਭੇਟ ਕਰ ਰਿਹਾ, ਭਾਵ ਮੈਂ ਮਾਲਕ ਨਹੀਂ ਇਸ ਚੀਜ਼ ਦਾ, ਮਾਲਕ ਅਕਾਲ ਪੁਰਖ ਜੀ ਨੇ, ਪਰ ਉਸ ਹੀ ਅਕਾਲ ਪੁਰਖ ਜੀ ਦੇ ਕੋਲੋਂ ਕੁਝ ਕੁ ਦਾਤ ਜਿਹੜੀ ਮੈਂ ਪ੍ਰਾਪਤ ਕੀਤੀ ਉਹਦੇ ਵਿੱਚੋਂ ਕੁਝ ਕੁ ਹਿੱਸਾ ਮੈਂ ਵਾਪਸ ਅਕਾਲ ਪੁਰਖ ਜੀ ਨੂੰ ਭੇਟ ਕੀਤਾ। ਇਹਦੀ ਉਦਾਹਰਣ ਬੜੀ ਸੁੰਦਰ ਆਪਾਂ ਨੂੰ ਮਿਲੇਗੀ। ਜਿਸ ਤਰ੍ਹਾਂ ਬਗੀਚੇ ਦਾ ਮਾਲਕ ਕੋਈ ਹੋਰ ਹੋਵੇ, ਮਾਲੀ ਉਸ ਬਗੀਚੇ ਦੀ ਸੇਵਾ ਕਰਦਾ ਹੋਵੇ, ਫੁੱਲ ਬੂਟਿਆਂ ਦਾ ਧਿਆਨ ਰੱਖਦਾ ਹੋਵੇ, ਮਾਲਕ ਇੱਕ ਦਿਨ ਬਾਗ ਵਿੱਚ ਆਉਂਦਾ ਹੈ, ਉਹਨਾਂ ਫੁੱਲਾਂ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਮਾਲੀ ਨੇ ਸੋਚਿਆ, ਕਿਉਂ ਨਾ ਮੈਂ ਮਾਲਕ ਨੂੰ ਖੁਸ਼ ਕਰ ਲਵਾਂ। ਇੱਕ ਫੁੱਲ ਮਾਲਕ ਦੇ ਬਗੀਚੇ ਵਿੱਚੋਂ ਤੋੜ ਕੇ ਮਾਲਕ ਨੂੰ ਕਹਿੰਦਾ, ਮਾਲਕ ਜੀ ਆ ਤੁਹਾਨੂੰ ਭੇਟ ਕਰ ਰਿਹਾ। ਮਾਲਕ ਉੱਥੇ ਗੁੱਸਾ ਨਹੀਂ ਕਰਦਾ, ਝਿੜਕਾ ਨਹੀਂ ਮਾਰਦਾ, ਵੀ ਤੂੰ, ਮੈਂ ਇਸ ਬਾਗ ਦਾ ਮਾਲਕ ਹਾਂ, ਮੇਰੇ ਹੀ ਬਾਗ ਵਿੱਚੋਂ ਫੁੱਲ ਤੋੜ ਕੇ ਮੈਨੂੰ ਦੇ ਰਿਹਾ ਹੈ। ਸਗੋਂ ਖੁਸ਼ ਹੁੰਦਾ ਹੈ ਜਦੋਂ ਉਸ ਨੌਕਰ ਨੇ, ਉਸ ਮਾਲੀ ਨੇ ਬੜੇ ਪਿਆਰ ਨਾਲ ਉਸ ਹੀ ਮਾਲਕ ਦੇ ਬਗੀਚੇ ਵਿੱਚੋਂ ਇੱਕ ਫੁੱਲ ਨੂੰ ਤੋੜ ਕੇ ਉਸ ਹੀ ਮਾਲਕ ਅੱਗੇ ਭੇਟ ਕੀਤਾ। ਖੁਸ਼ੀ ਇਸ ਗੱਲ ਦੀ ਕਿ ਮੇਰੇ ਮਾਲੀ ਨੇ ਮੈਨੂੰ ਇੰਨੇ ਪਿਆਰ ਨਾਲ ਦਿੱਤਾ ਹੈ, ਤਾਂ ਉਹਦਾ ਸੇਵਕ ਹੀ ਹੈ ਨਾ। ਲੇਕਿਨ ਇੱਥੇ ਗੱਲ ਚੇਤੇ ਰੱਖਣਾ, ਅਸੀਂ ਵੀ ਇਸ ਬਗੀਚੇ ਅੰਦਰ ਉਸ ਮਾਲਕ ਦੇ ਮਾਲੀ ਹਾਂ, ਅਤੇ ਜੇ ਕੋਈ ਦਾਤ ਆਪਾਂ ਭੇਟ ਕਰਨੀ ਹੈ, ਉਹ ਭੇਟ ਹੋ ਸਕਦੀ ਹੈ। ਦਾਨ ਨਹੀਂ, ਪੁਰਾਣੇ ਸਮਿਆਂ ਵਿੱਚ ਘੋੜੇ ਵੀ ਦਾਨ ਕੀਤੇ ਜਾਂਦੇ ਸੀ, ਹਾਥੀ ਦਾਨ ਕੀਤੇ ਜਾਂਦੇ ਸੀ। ਅਤੇ ਧਿਆਨ ਦੇਣਾ, ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਇਹ ਪੰਕਤੀ ਸਾਡੇ ਸਾਹਮਣੇ ਹੈ, ਅਸ ਦਾਨ, ਗਜ ਦਾਨ, ਸਿਹਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ। ਕਹਿੰਦੇ ਇਹ ਦਾਨ ਜਿੰਨੇ ਮਰਜ਼ੀ ਕਰੀ ਜਾਓ, ਘੋੜੇ ਦਾਨ ਕਰ ਦਿਓ, ਹਾਥੀ ਦਾਨ ਕਰ ਦਿਓ, ਪਰ ਚੇਤੇ ਰੱਖਣਾ ਜੇ ਇੱਕ ਹੋਰ ਪੰਗਤੀ ਆਪਾਂ ਨਾਲ ਲੈ ਕੇ ਤਾਂ ਚੱਲਣੀ ਹੈ, ਸਤਿਗੁਰੂ ਜੀ ਦੀ ਬਾਣੀ ਵਿੱਚੋਂ ਪੰਗਤੀ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ। ਪੁੰਨ ਦਾਨ, ਇਹ ਸਾਰੀ ਜਿਹੜੀਆਂ ਗੱਲਾਂ ਨੇ ਨਾ, ਜੋ ਆਪਾਂ ਵਿਚਾਰ ਕਰ ਰਹੇ ਹਾਂ, ਇਹਦਾ ਭਾਵ ਅਰਥ ਇਹ ਹੈ ਕਿ ਦਾਨ ਕਰਨਾ ਕੋਈ ਚੰਗੀ ਗੱਲ ਨਹੀਂ, ਅਸੀਂ ਸਿਰਫ ਭੇਟ ਕਰ ਸਕਦੇ ਹਾਂ। ਇਸ ਕਰਕੇ ਕਦੀ ਹੰਕਾਰ ਨਾ ਕਰੀਏ, ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਚਰਨਾਂ 'ਤੇ ਢਹਿ ਕੇ ਕੇਵਲ ਅਤੇ ਕੇਵਲ ਅਰਦਾਸ ਕਰ ਸਕਦੇ ਹਾਂ, ਆਪਣਾ ਆਪ ਸਮਰਪਣ ਕਰ ਸਕਦੇ ਹਾਂ, ਆਪਣੀ ਹਉਮੈ ਦਾ ਤਿਆਗ ਕਰਕੇ ਗੁਰੂ ਕੋਲ ਆਈਏ, ਨਾ ਕਿ ਹੰਕਾਰ ਦਾ ਸਿਰ ਲੈ ਕੇ ਆਈਏ। ਸਤਿਗੁਰੂ ਜੀ ਕਹਿੰਦੇ, ਜਿਹੜਾ ਹੰਕਾਰ ਲੈ ਕੇ ਆਉਂਦਾ ਉਹ ਲੈ ਕੇ ਵੀ ਕੁਝ ਨਹੀਂ ਜਾਂਦਾ, ਇੱਥੇ ਆਏਗਾ। ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ, ਖਾਲੀ ਹੋ ਕੇ ਆਈ, ਖਾਲੀ ਹੋ ਕੇ ਆਏਗਾ, ਜੀਰੋ ਲੈਵਲ 'ਤੇ ਹੋ ਕੇ ਆਏਗਾ ਅਤੇ ਕੁਝ ਲੈ ਕੇ ਜਾ ਸਕਦਾ, ਪਰ ਜੇ ਪਹਿਲਾਂ ਹੀ ਭਰਿਆ ਹੋਇਆ ਆਏਗਾ ਤਾਂ ਫਿਰ ਇੱਥੋਂ ਵੀ ਕੋਈ ਵਸਤੂ ਤੇਰੇ ਹਿਰਦੇ ਵਿੱਚ ਨਹੀਂ ਪਵੇਗੀ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਚਰਨਾਂ 'ਤੇ ਪੈ ਕੇ ਹੀ ਅਸੀਂ ਇਸ ਸੰਸਾਰ ਸਾਗਰ ਤੋਂ ਤਰ ਸਕਦੇ ਹਾਂ, ਪਾਰ ਹੋ ਸਕਦੇ ਹਾਂ। ਫਲ ਗੁਣ ਨਿਤ ਸਲਾਹੀਐ, ਜਿਸਨੋ ਤਿਲ ਨ ਤਮਾਏ। ਫੱਗਣ ਦੇ ਮਹੀਨੇ ਅੰਦਰ ਸਤਿਗੁਰੂ ਜੀ ਵਿਚਾਰ ਦੱਸਦੇ ਨੇ, ਨਿਤ ਸਲਾਹੀ ਹੈ, ਦਿਨ ਰਾਤ ਉਸ ਅਕਾਲ ਪੁਰਖ ਜੀ ਦੀ ਆਰਾਧਨਾ ਕਰਿਆ ਕਰ, ਦਿਨ ਰਾਤ ਉਸ ਅਕਾਲ ਪੁਰਖ ਜੀ ਨੂੰ ਜਪਿਆ ਕਰ, ਉਹਦੇ ਗੁਣਾਂ ਨੂੰ ਗਾਇਆ ਕਰ। ਇਸੇ ਕਰਕੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਇਸ਼ਾਰਾ ਲਵਾਂਗੇ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਏ। ਮੇਰਾ ਚਾਅ ਹੈ, ਮੇਰਾ ਇਹ ਅੰਦਰ ਦਾ ਖੇੜਾ ਹੈ ਕਿ ਹੇ ਮੇਰੇ ਮਾਲਕ ਜੀ, ਮੈਂ ਦਿਨ ਰਾਤ ਤੁਹਾਡੇ ਗੁਣਾਂ ਨੂੰ ਗਾਵਾਂ, ਦਿਨ ਰਾਤ ਤੁਹਾਡੇ ਗੁਣਾਂ ਦੀ ਆਰਾਧਨਾ ਕਰਾਂ। ਫਲ ਗੁਣ ਨਿਤ ਸਲਾਹੀ ਹੈ, ਮੈਂ ਦਿਨ ਰਾਤ ਤੁਹਾਡੇ ਗੁਣਾਂ ਦੀ ਸਲਾਹਣਾ ਕਰਾਂ, ਸਿਫਤ ਸਲਾਹ ਕਰਾਂ। ਜਿਸ ਨੂੰ ਤਿਲ ਨਾ ਤਮਾਏ, ਜਿਸ ਮਾਲਕ ਦੀ ਮੈਂ ਆਰਾਧਨਾ ਕਰ ਰਿਹਾ ਨਾ, ਉਹਦਾ ਇੱਕ ਗੁਣ ਹੈ ਬੜਾ ਪਿਆਰਾ, ਉਹਨੂੰ ਤਿਲ ਮਾਤਰ ਵੀ, ਤਿਲ ਕਹਿੰਦੇ ਥੋੜ੍ਹਾ ਜਿਹਾ, ਕਹਿੰਦੇ ਥੋੜ੍ਹਾ ਜਿਹਾ ਵੀ ਉਹਨੂੰ ਕੋਈ ਤਮਾ ਨਹੀਂ ਹੈਗੀ, ਕੋਈ ਲਾਲਚ ਨਹੀਂ ਹੈਗਾ, ਉਹ ਲਾਲਚ ਵਸ ਨਹੀਂ ਹੈਗਾ, ਉਹ ਲਾਲਚ ਤੋਂ ਪਰੇ ਹੈ। ਇਸ ਕਰਕੇ ਮੈਂ ਐਸੇ ਅਕਾਲ ਪੁਰਖ ਜੀ ਦੀ ਆਰਾਧਨਾ ਕਰਨ ਲੱਗਾ, ਦਿਨ ਰਾਤ ਐਸੇ ਅਕਾਲ ਪੁਰਖ ਜੀ ਨੂੰ
ਜਪਣ ਲੱਗਾ, ਜਿਸ ਦੇ ਅੰਦਰ ਤਿਲ ਮਾਤਰ ਵੀ ਤਮਾ ਨਹੀਂ, ਜਿਸ ਅੰਦਰ ਤਿਲ ਮਾਤਰ ਵੀ ਲਾਲਚ ਨਹੀਂ, ਐਸੇ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਗਾ ਕੇ ਸ਼ਾਇਦ ਕਿਤੇ ਮੇਰਾ ਵੀ ਭਲਾ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਹੇ ਬੰਦੇ, ਫੱਗਣ ਦੇ ਮਹੀਨੇ ਅੰਦਰ, ਜਿਹੜਾ ਇਹ ਫੱਗਣ ਦਾ ਮਹੀਨਾ ਹੈ, ਇਸ ਮਹੀਨੇ ਦੇ ਅੰਦਰ ਰੰਗ ਸੁੱਟ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਐਵੇਂ ਉੱਛਲ ਕੂਦ ਨਾ ਕਰ, ਐਵੇਂ ਵੱਖਰੇ ਵੱਖਰੇ ਢੰਗ ਤਰੀਕੇ ਅਪਣਾ ਕੇ ਖੁਸ਼ ਨਾ ਹੋਇਆ ਫਿਰ, ਜਦੋਂ ਤੱਕ ਤੇਰੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਲੱਗ ਜਾਂਦਾ, ਉਦੋਂ ਤੱਕ ਤੇਰੀ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤੀ ਨਹੀਂ, ਉਦੋਂ ਤੱਕ ਤੇਰੀ ਜ਼ਿੰਦਗੀ ਖਾਲੀ ਹੈ, ਤੇਰੀ ਜ਼ਿੰਦਗੀ ਵਿੱਚ ਖਾਲੀਪਨ, ਤੇਰੇ ਹਿਰਦੇ ਵਿੱਚ ਖਾਲੀਪਨ, ਬਾਹਰੋਂ ਰੰਗਣ ਵਾਲੇ, ਬਾਹਰੋਂ ਰੰਗਾਂ ਨਾਲ ਖੇਲਣ ਵਾਲੇ, ਆਪਣੇ ਅੰਦਰ ਨੂੰ ਰੰਗ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਿਆਰਾ ਜਿਹਾ ਬਚਨ ਆਪਾਂ ਪੜ੍ਹਦੇ ਹਾਂ, ਲਾਲ ਰੰਗ ਜਿਸ ਕੋ ਲਗਾ ਤਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ, ਐਸਾ ਰੰਗ ਆਪਣੇ ਮਨ ਨੂੰ ਲਾ। ਕਿ ਕਹਿੰਦੇ ਜਿਸ ਰੰਗ ਲੱਗਣ ਤੋਂ ਬਾਅਦ ਜਦੋਂ ਇਹ ਗੂੜਾ ਰੰਗ ਪਰਮਾਤਮਾ ਦੇ ਪਿਆਰ ਦਾ ਰੰਗ ਲੱਗ ਜਾਵੇਗਾ ਨਾ, ਫਿਰ ਤੈਨੂੰ ਦੁਨਿਆਵੀ ਰੰਗਾਂ ਦੀ ਜ਼ਰੂਰਤ ਹੀ ਨਹੀਂ ਪਵੇਗੀ, ਫਿਰ ਤੈਨੂੰ ਇਹ ਦੁਨਿਆਵੀ ਰੰਗ ਲੈ ਕੇ ਰੰਗਣ ਦੀ ਜ਼ਰੂਰਤ ਹੀ ਨਹੀਂ ਪਏਗੀ, ਕਿਉਂਕਿ ਤੇਰਾ ਜਿਹੜਾ ਮਨ ਰੰਗਿਆ ਜਾਵੇਗਾ, ਤੇਰਾ ਹਿਰਦਾ ਰੰਗਿਆ ਜਾਵੇਗਾ। ਆਓ ਜੀ, ਸਤਿਗੁਰੂ ਜੀ ਨੇ ਕਿਰਪਾ ਕੀਤੀ ਅਤੇ ਇਸ ਬਾਰਾਂਮਾਂ ਬਾਣੀ ਦਾ ਜਿਹੜਾ ਨਿਚੋੜ ਸਤਿਗੁਰੂ ਜੀ ਨੇ ਅਗਲੇ ਪਦੇ ਵਿੱਚ ਸਾਡੇ ਸਾਹਮਣੇ ਰੱਖਿਆ ਕਿ ਜਿਹੜਾ ਵੀ ਮਨੁੱਖ ਇਸ ਸਾਰੇ ਮਹੀਨੇ ਦੇ ਅੰਦਰ ਗੁਰਬਾਣੀ ਦਾ ਜਾਪ ਕਰਦਾ ਹੈ, ਅਕਾਲ ਪੁਰਖ ਜੀ ਨੂੰ ਧਿਆਉਂਦਾ ਹੈ, ਗੁਣਾਂ ਦੀ ਵਿਚਾਰ ਕਰਦਾ ਹੈ, ਅਕਾਲ ਪੁਰਖ ਜੀ ਦੇ ਨਾਲ ਸਾਂਝ ਪਾਉਂਦਾ ਹੈ, ਅਕਾਲ ਪੁਰਖ ਜੀ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ, ਐਸੇ ਮਨੁੱਖ ਦੇ ਉੱਤੇ ਅਕਾਲ ਪੁਰਖ ਜੀ ਕਿਰਪਾ ਕਰਕੇ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਹਨ ਅਤੇ ਉਹਦਾ ਅੰਦਰ ਉਹਦਾ ਹਿਰਦਾ ਜਿਹੜਾ ਹੈ ਜੀ, ਉਹ ਆਨੰਦ ਨਾਲ ਭਰ ਜਾਂਦਾ ਹੈ, ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਹੈ, ਅਤੇ ਜਿਸ ਕਰਕੇ ਦੁਨਿਆਵੀ ਰੰਗ ਵੀ ਫਿੱਕੇ ਲੱਗਣ ਲੱਗ ਪੈਂਦੇ ਨੇ, ਦੁਨਿਆਵੀ ਰੰਗਾਂ ਦੀ ਵੀ ਜ਼ਰੂਰਤ ਨਹੀਂ ਪੈਂਦੀ। ਅਸੀਂ ਵੀ ਆਪਣੇ ਇਸ ਮਨ ਨੂੰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗ ਲਈਏ, ਸਾਡੇ ਹਿਰਦੇ ਵਿੱਚ ਵੀ ਰੰਗ ਲੱਗ ਜਾਵੇ, ਸਾਡੇ ਅੰਦਰ ਵੀ ਇਹ ਖੁਸ਼ੀ ਇਹ ਖਿੜਾਓ ਪੈਦਾ ਹੋ ਜਾਵੇ। ਐਸੀ ਅਰਦਾਸ ਗੁਰੂ ਕੇ ਸਿੱਖ ਨੇ ਨਿਤਾ ਪ੍ਰਤੀ ਕਰਨੀ ਹੈ, ਐਸੀ ਅਰਦਾਸ ਗੁਰੂ ਕੇ ਸਿੱਖ ਨੇ ਰੋਜ਼ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਕਰਕੇ ਆਪਣੇ ਆਪ ਨੂੰ ਇਸ ਦੁਨੀਆਂ ਦੇ ਜਿਹੜੇ ਲਾਲਚ ਨੇ, ਮੋਹ ਹੈ, ਇਹ ਸਾਰਾ ਕੁਝ ਜਿਹਦਾ ਕਰਕੇ ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ ਹੈ, ਇਸ ਨੂੰ ਤਾਂ ਹੀ ਅਸੀਂ ਖਤਮ ਕਰ ਸਕਦੇ ਹਾਂ ਜਦੋਂ ਅਸੀਂ ਅਕਾਲ ਪੁਰਖ ਜੀ ਦੇ ਗੁਣਾਂ ਦੀ ਵਿਚਾਰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਟੀਵੀ ਦਾ ਧਾਰਮਿਕ ਉਪਰਾਲਾ।